ਸਿੱਖਾਂ ਸਮੇਤ ਸਾਰੀ ਦੁਨੀਆ ਦੇ ਲੋਕਾਂ ਨੂੰ ਇਹ ਸਮਝਾਇਆ ਜਾ ਰਿਹਾ ਕਿ ਤੁਹਾਡਾ ਇਤਿਹਾਸ ਫਿਲਮਾਂ ਰਾਹੀਂ ਪੇਸ਼ ਹੋਣਾ ਚਾਹੀਦਾ, ਫਿਰ ਤੁਹਾਡੇ ਬੱਚਿਆਂ ਨੂੰ ਸਮਝ ਲੱਗੇਗੀ ਕਿ ਦੁਨੀਆ ਦੇ ਤਖ਼ਤ 'ਤੇ ਜਿਹੜੇ ਰਾਜ ਪੈਦਾ ਹੁੰਦੇ ਨੇ ਉਹ ਤਲਵਾਰ ਨਾਲ ਪੈਦਾ ਹੁੰਦੇ ਨੇ ਅਤੇ ਰੰਗ ਰਾਗ ਨਾਲ ਡੁੱਬ ਜਾਂਦੇ ਨੇ। ਜਿੱਥੋਂ ਅਗਲੀ ਪੀੜ੍ਹੀ ਨੱਚਣ ਗਾਉਣ ਨੂੰ ਨਜ਼ਾਰਾ ਸਮਝ ਲਵੇ, ਆਨੰਦ ਸਮਝ ਲਵੇ, ਉੱਥੋਂ ਰਾਜ ਡੁੱਬ ਜਾਂਦੇ। ਨਜ਼ਾਰਾ ਕਾਹਦੇ ਵਿੱਚ ਹੈ? ਇਹ ਅਰਥ ਤੈਅ ਕਰਨ ਲਈ ਧਰਮ, ਰਾਜਨੀਤੀ, ਵਪਾਰ, ਮਨੋਰੰਜਨ ਇਹ ਸਾਰੇ ਰਾਹ ਇਸੇ ਗੱਲ 'ਤੇ ਆਉਂਦੇ ਨੇ ਕਿ ਬੰਦੇ ਨੂੰ ਨਜ਼ਾਰਾ ਕਾਹਦੇ ਵਿੱਚ ਹੋਣਾ ਚਾਹੀਦਾ। ਤੁਸੀਂ ਵੇਖਿਆ ਹੋਣਾ ਪਿਛਲੇ 15 ਸਾਲਾਂ ਤੋਂ ਬਹੁਤ ਜ਼ੋਰ ਲਾ ਰਹੇ ਲੋਕ ਕਿ ਗੁਰੂ ਘਰਾਂ 'ਚ ਕੌਣ ਸਿਖਾਉਂਦਾ ਜੀ, ਗ੍ਰੰਥੀਆਂ ਭਾਈਆਂ ਨੂੰ ਕੁਛ ਨਹੀਂ ਆਉਂਦਾ ਜੀ, ਮੁੰਡੇ ਗੁਰਦੁਆਰੇ ਜਾਂਦੇ ਨਹੀਂ ਹਨ ਜੀ, ਇਤਿਹਾਸ ਤਾਂ ਸਿਖਾਉਣਾ ਹੀ ਹੋਇਆ, ਚਲੋ ਬਣਾਓ ਫਿਲਮਾਂ। ਜਿੰਨਾ ਸ਼ਹੀਦਾਂ ਨੂੰ ਬੰਦਾ ਵੇਖਾ ਵੇਖੀ ਮੱਥਾ ਟੇਕ ਲੈਂਦਾ, ਜਦੋਂ ਉਹ ਹਾਸੇ ਠੱਠੇ ਦੇ ਪਾਤਰ ਬਣ ਗਏ, ਉਹ ਕਹਾਣੀ ਦੇ ਪਾਤਰ ਬਣ ਗਏ ਜੀ, ਰਹਿੰਦੀ ਖੁੰਹਦੀ ਇੱਜ਼ਤ ਵੀ ਜਾਊਗੀ। ਵਪਾਰੀ ਨੇ, ਰਾਜੇ ਨੇ ਤੁਹਾਡੀ ਪਰੰਪਰਾ ਨੂੰ ਕਿਉਂ ਵੱਡਾ ਕਰਨਾ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦਿਹਾੜੇ 'ਤੇ ਆਪਾਂ ਮੁੱਖ ਰੱਖ ਕੇ ਜਿਹੜਾ ਇਕੱਤਰ ਹੋਏ ਹਾਂ, ਤੀਜੇ ਪਾਤਸ਼ਾਹ ਅਤੇ ਚੌਥੇ ਪਾਤਸ਼ਾਹ ਦੀ ਯਾਦ ਅੰਦਰ, ਉਹਦੇ ਬਾਰੇ 'ਚ ਗਿਆਨੀ ਜੀ ਨੇ ਵਿਸਥਾਰ ਸਹਿਤ ਤੁਹਾਨੂੰ ਇਤਿਹਾਸ ਵਜੋਂ ਜਾਣਕਾਰੀ ਦਿੱਤੀ ਹੈ, ਨਾਲ ਕੁਝ ਗੱਲਾਂ ਧਰਮ ਦੇ ਪੱਖ ਤੋਂ ਵੀ ਕਹੀਆਂ ਹਨ। ਤਾਂ ਜੋ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਨੇ ਉਹ ਸਿਰਫ ਆਨੰਦ ਸਾਹਿਬ ਦੀ ਬਾਣੀ ਨੂੰ ਮੁੱਖ ਰੱਖ ਕੇ ਕਰਨੀ ਹੈ। ਪਰ ਇਹ ਬੇਨਤੀ ਮੈਂ, ਜਿੱਦਾਂ ਸਾਡੇ ਪਰੰਪਰਾ ਰੂਪ 'ਚ ਕਥਾ ਜਾਂ ਵਿਖਿਆਨ ਹੁੰਦਾ ਉਸ ਤਰੀਕੇ ਨਾਲ ਨਹੀਂ ਕਰਨੀ ਹੈ, ਜਿਸ ਤਰੀਕੇ ਨਾਲ ਅੱਜ ਤੁਹਾਡੀ ਦੁਨੀਆ ਚੱਲਦੀ ਹੈ ਉਹਦੇ ਪ੍ਰਸੰਗ 'ਚ ਕਰਨੀ ਹੈ। ਜਿਹੜੀ ਸਾਡੀ ਇੱਥੇ ਅਗਲੀ ਪੀੜ੍ਹੀ ਬੈਠੀ ਹੈ ਉਹਨਾਂ ਦੀ ਪ੍ਰਥਾਏ ਇਹ ਗੱਲ ਮੈਂ ਕਹਿਣੀ ਚਾਹਾਂਗਾ ਜੋ ਸਾਰੀ ਆਪਣੀ ਹੈ। ਜਦੋਂ ਬੰਦੇ ਦੀ ਉਮਰ ਜਵਾਨ ਹੁੰਦੀ ਹੈ ਤਾਂ ਜਿਹੜਾ ਆਨੰਦ ਸ਼ਬਦ ਹੈ ਇਹ ਐਂ ਲੱਗਦਾ ਕਿ ਜ਼ਿੰਦਗੀ ਇਹਦੇ ਅੰਦਰ ਹੈ, ਉਹ ਵੀ ਮੇਰੀ ਮਰਜ਼ੀ ਦੀ। ਤੁਹਾਨੂੰ ਜਦੋਂ ਇੱਥੇ ਇਕੱਠੇ ਕੀਤਾ ਸਾਰਿਆਂ ਨੂੰ ਤਾਂ ਮੇਰਾ ਅੰਦਾਜ਼ਾ ਹੈ ਕਿ ਬਹੁਤੇ ਆਪਦੀ ਮਰਜ਼ੀ ਜਾਂ ਖੁਸ਼ੀ ਨਾਲ ਨਹੀਂ ਹੋਣਗੇ ਇੱਥੇ। ਇਹ ਠੀਕ ਹੈ ਮੇਰੀ ਗੱਲ? ਤੁਹਾਨੂੰ ਪ੍ਰਬੰਧਕਾਂ ਨੇ ਕਿਹਾ ਤੁਸੀਂ ਸ਼ਰਮ ਦੇ ਮਾਰੇ, ਇੱਜ਼ਤ ਦੇ ਮਾਰੇ ਆ ਗਏ। ਇਹ ਇਕੱਲਾ ਇੱਥੇ ਨਹੀਂ ਹੈ, ਅਮਰੀਕਾ ਵਿੱਚ ਫੌਜ ਦੀ ਭਰਤੀ ਵੀ ਇੱਦਾਂ ਹੁੰਦੀ ਹੈ। ਅਮਰੀਕਾ ਦੇ ਅੰਦਰ ਫੌਜ ਦੀ ਭਰਤੀ ਵੀ ਇੱਦਾਂ ਹੈ ਕਿ ਪਿਆਰ, ਸਤਿਕਾਰ ਅਤੇ ਰਿਸ਼ਤੇ ਨਾਲ ਲੋਕਾਂ ਨੂੰ ਪੁਚਕਾਰ ਕੇ ਲਿਆਂਦਾ ਜਾਂਦਾ ਕਿਸੇ ਵੀ ਥਾਂ 'ਤੇ। ਅਗਲੀ ਪੀੜ੍ਹੀ ਆਪਦੀ ਮਰਜ਼ੀ ਨਾਲ ਆਪਦੀ ਪਰੰਪਰਾ ਨੂੰ ਛੇਤੀ ਮੰਨਦੀ ਨਹੀਂ ਹੁੰਦੀ। ਇਹ ਜਿਹੜੇ ਸਾਡੇ ਵਰਗੇ ਹੁੰਦੇ ਨੇ ਉਹਨਾਂ ਦਾ ਨਾਂ ਜੋ ਮਰਜ਼ੀ ਹੋਵੇ, ਵੀ ਉਹ ਪ੍ਰੋਫੈਸਰ ਹੈ, ਡਾਕਟਰ ਹੈ ਜਾਂ ਬਾਪੂ ਹੈ, ਫਰਕ ਨਹੀਂ ਹੈ। ਇੰਨਾ ਮਸਲਾ ਹੁੰਦਾ ਕਿ ਜਿਹੜੀ ਤੁਹਾਡੇ ਤੋਂ ਅਗਲੀ ਪੀੜ੍ਹੀ ਹੈ ਉਹ ਤੁਹਾਨੂੰ ਆਪਦੀ ਲੀਹ 'ਤੇ ਕਿੰਨਾ ਕੁ ਲੈ ਕੇ ਆ ਸਕਦੀ ਹੈ। ਇਹ ਨਾ ਸਿਰਫ ਤੁਹਾਡੀ ਸਗੋਂ ਸਾਡੀ, ਸਾਡੇ ਤੋਂ ਪਿਛਲੀ ਪੀੜ੍ਹੀ ਦੀ ਵੀ ਇੱਕ ਪ੍ਰੀਖਿਆ ਹੁੰਦੀ ਹੈ। ਬੰਦੇ ਦਾ
ਬਾਕੀ ਜਾਨਵਰਾਂ ਦਾ ਫਰਕ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਨਾ, ਵੀ ਉਹ ਜਿਹੜੇ ਤੁਸੀਂ ਗਾਣੇ ਸੁਣਦੇ ਹੋਵੋਗੇ ਵੀ ਸਾਡੇ ਕੋਲ ਘੋੜਾ ਜੀ ਫਲਾਨੀ ਬਲੱਡ ਲਾਈਨ ਦਾ। ਸੱਪ ਦਾ ਬੱਚਾ ਕਾਂ ਦਾ ਬੱਚਾ ਬਿਲਕੁਲ ਉਹਨੇ ਲੱਛਣਾਂ 'ਤੇ ਜਾਂਦਾ ਜਿਹੋ ਜਿਹੇ ਮਾਂ ਬਾਪ ਹੁੰਦੇ ਆ, ਬੰਦੇ ਨਹੀਂ ਜਾਂਦੇ ਹੈ ਨਾ। ਸਾਧ ਦਾ ਪੁੱਤ ਚੋਰ ਅਤੇ ਚੋਰ ਦਾ ਪੁੱਤ ਸਾਧ ਹੋ ਸਕਦਾ, ਤਾਂ ਇਸ ਕਰਕੇ ਤੁਹਾਨੂੰ ਪੜ੍ਹਨੇ ਪਾਇਆ ਜਾਂਦਾ। ਬਾਕੀ ਜਾਨਵਰ ਵੀ ਦੇਖਦੇ ਹੋਵੋਗੇ, ਉਹ ਆਪਦੇ ਬੱਚੇ ਨੂੰ ਜਿੰਨਾ ਮੋਟਾ ਸਿਖਾਉਣਾ ਹੁੰਦਾ ਆਪੇ ਸਿਖਾ ਲੈਂਦੇ ਨੇ। ਬੰਦੇ ਦਾ ਇਤਿਹਾਸ ਇਹ ਕਹਿੰਦਾ ਕਿ ਆਪਦੇ ਬੱਚਿਆਂ ਨੂੰ ਬੰਦਾ ਆਪ ਸਿਖਾ ਨਹੀਂ ਸਕਦਾ, ਉਹਨੂੰ ਸਾਂਝੀ ਸਿੱਖਿਆ ਦੀ ਲੋੜ ਪੈਂਦੀ ਹੈ। ਆਪਣੇ ਤੋਂ ਸਿਆਣੇ ਬੱਚੇ ਲੱਭ ਕੇ, ਆਪਣੇ ਤੋਂ ਸਿਆਣੇ ਬੰਦੇ ਲੱਭ ਕੇ ਉੱਥੇ ਆਪਣੇ ਬੱਚੇ ਭੇਜੇ ਜਾਂਦੇ ਨੇ। ਪਲੈਟੋ ਨੇ ਲਗਭਗ 2300-2400 ਸਾਲ ਪਹਿਲਾਂ ਕਿਹਾ ਕਿ ਜੇ ਦੁਨੀਆ ਵਧੀਆ ਬਣਾਉਣੀ ਹੈ ਇੱਕੋ ਹੱਲ ਹੈ ਕਿ ਜਿਹੜੇ ਪੜ੍ਹਨ ਵਾਲੇ ਜਵਾਕ ਨੇ ਉਹਨੂੰ ਇਕੱਠੇ ਕਰਕੇ ਜੰਗਲ 'ਚ ਲੈ ਜਾਓ, ਤਾਂ ਕਿ ਸਮਾਜ ਦਾ ਗੰਦ ਮੰਦ ਨਾ ਸਿੱਖਣ। ਉਹ ਉੱਥੋਂ ਹੀ ਵਧੀਆ ਬਣਾ ਕੇ ਲਿਆਓ ਉਹਨਾਂ ਨੂੰ, ਫਿਰ ਉਹ ਵਧੀਆ ਦੁਨੀਆ ਵਸਾਉਣਗੇ। ਅਤੇ ਤੁਹਾਡਾ ਇੱਥੇ ਲਿਆਉਣ ਦਾ ਕੁੱਲ ਮਤਲਬ ਇੰਨਾ ਹੀ ਹੈ, ਜਿਹੜੀ ਤੁਹਾਡੇ ਤੋਂ ਅਗਲੀ ਪੀੜ੍ਹੀ ਆ ਉਹ ਜ਼ੋਰ ਲਾ ਰਹੀ ਹੈ ਕਿ ਤੁਹਾਨੂੰ ਵਧੀਆ ਬੰਦੇ ਬਣਾ ਦਈਏ, ਤੁਸੀਂ ਵਧੀਆ ਸਮਾਜ ਚਲਾਵੋ। ਸਾਡੇ ਤੋਂ ਪਹਿਲਾਂ ਵਾਲਿਆਂ ਨੇ ਵੀ ਜ਼ੋਰ ਲਾਇਆ ਸੀ। ਸਾਡਾ ਚਾਚਾ ਸਕੂਲ ਗਿਆ, ਅਸੀਂ ਪੜ੍ਹਦੇ ਸੀ, ਜਾ ਕੇ ਮਾਸਟਰ ਨੂੰ ਕਹਿੰਦਾ ਸਾਡੇ ਜਵਾਕ ਕਿਵੇਂ ਪੜ੍ਹਦੇ ਆ, ਉਹ ਕਹਿੰਦੇ ਠੀਕ ਪੜ੍ਹਦੇ ਨੇ। ਕਹਿੰਦਾ ਭਾਵੇਂ ਠੀਕ ਹੀ ਪੜ੍ਹਦੇ, ਫਿਰ ਵੀ ਮਹੀਨੇ 'ਚ ਇੱਕ ਦੋ ਵਾਰੀ ਕੁੱਟ ਜਾ ਕਰੋ। ਇਹ ਅਗਲੀ ਪੀੜ੍ਹੀ ਦਾ ਤਰੀਕਾ ਸੀ ਕਿ ਮੁੰਡਾ ਅਤੇ ਰੰਬਾ ਜਿੰਨਾ ਚੰਡੋ ਉਨਾ ਹੀ ਭਲਾ। ਹੁਣ ਕੀ ਹੈ, ਜਦੋਂ ਅਸੀਂ ਸਾਂ ਆਪਦੇ ਬਾਪੂ ਨੂੰ ਜੋੜੇ ਝਾੜ ਕੇ ਦਿੰਦੇ ਸਾਂ, ਹੁਣ ਕੀ ਹੈ, ਹੁਣ ਜਿਹੜੇ ਬਾਪੂਆਂ ਦੀ ਉਮਰ 'ਚ ਨੇ ਉਹ ਜਵਾਕਾਂ ਦੇ ਜੋੜੇ ਝਾੜ ਕੇ ਪਾਉਂਦੇ ਨੇ ਸਕੂਲ ਜਾਣ ਵਾਸਤੇ। ਮੈਂ ਇੱਕ ਇੱਦਾਂ ਹੀ ਕਾਲਜ ਵਿੱਚ ਗਿਆ, ਪ੍ਰਬੰਧਕਾਂ ਨੇ ਮੈਨੂੰ ਕਿਹਾ ਵੀ ਸਾਡੇ ਬੱਚੇ ਨਾ ਜੀ ਔਖ ਬੜੀ ਮੰਨਦੇ ਆ, ਥੋੜ੍ਹੀ ਜਿਹੀ ਕੋਈ ਗੱਲ ਕਹਿ ਕੇ ਜਾਓ ਉਹ ਮਾੜਾ ਜਿਹਾ ਤਕੜੇ ਹੋਣ। ਤਾਂ ਸਵਾਲ ਇਹ ਸੀ ਕਿ ਜਦੋਂ ਅਸੀਂ ਪੜ੍ਹਨ ਕੇ ਵੱਡੇ ਹੋਏ ਪਿੰਡ ਦੇ ਅੰਦਰ ਜਾਂ ਸਕੂਲ ਦੇ ਅੰਦਰ, ਉਦੋਂ ਔਖ ਝੱਲਣ ਦੇ ਵਿੱਚ ਇੱਜ਼ਤ ਸੀ, ਜਿਹੜਾ ਜਿੰਨਾ ਵੱਧ ਤਕੜਾ ਉਹ ਸਿੱਧ ਕਰੇ ਕੰਮ ਕਰਕੇ ਸਾਂਝਾ ਕਿ ਮੈਂ ਤਕੜਾ ਹਾਂ। ਬੰਦੇ ਦੀ ਤਕੜਾਈ ਸਿਆਣਪ ਪਰਖੀ ਜਾਂਦੀ ਸੀ, ਸਾਂਝਾ ਕੰਮ ਕਿੰਨਾ ਕਰਦੇ ਹੋ, ਘਰ ਦਾ ਤਾਂ ਕਰਨਾ ਹੀ ਕਰਨਾ ਸੀਗਾ, ਤਾਂ ਇੱਜ਼ਤ ਸੀਗੀ ਔਖੇ ਹੋਣ 'ਚ। ਹੁਣ ਤੁਹਾਨੂੰ ਪਤਾ ਹੋਊਗਾ ਕਿ ਤੁਹਾਡੇ ਤੋਂ ਜਿਹਦੇ ਜੋੜੇ ਲਿਬੜੇ ਹੋਏ ਨਾਲ ਦੇ ਪੁੱਛਣਗੇ ਕੰਮ ਕਰਦਾ ਸੀ ਘਰੇ ਹੋਏ, ਉਲਟਾ ਕੰਮ ਹੋ ਗਿਆ। ਹੁਣ ਜਿਹੜਾ ਔਖਾ ਹੋ ਰਿਹਾ ਜਾਂ ਤਾਂ ਉਹ ਗਰੀਬ ਹੈ, ਜਾਂ ਉਹ ਮੂਰਖ ਹੈ, ਜਾਂ ਉਹ ਫਸਿਆ ਹੋਇਆ। ਤਾਂ ਸਮਾਜ ਦੇ ਅੰਦਰ ਆਨੰਦ ਕਾਹਦੇ 'ਚ ਹੈ, ਨਜ਼ਾਰਾ ਕਾਹਦੇ ਵਿੱਚ ਹੈ, ਇਹ ਅਰਥ ਤੈਅ ਕਰਨ ਲਈ ਧਰਮ, ਰਾਜਨੀਤੀ, ਵਪਾਰ, ਮਨੋਰੰਜਨ ਇਹ ਸਾਰੇ ਰਾਹ ਇਸੇ ਗੱਲ 'ਤੇ ਆਉਂਦੇ ਨੇ ਕਿ ਬੰਦੇ ਨੂੰ ਨਜ਼ਾਰਾ ਕਾਹਦੇ ਵਿੱਚ ਹੋਣਾ ਚਾਹੀਦਾ। ਜਦੋਂ ਗੁਰੂ ਨਾਨਕ ਪਾਤਸ਼ਾਹ ਸੰਸਾਰ ਤਾਰ ਲਈ ਨਿਕਲੇ ਤਾਂ ਨਾਲ ਇੱਕ ਸਾਥੀ ਸੀ ਉਹਨਾਂ ਦੇ, ਕੀ ਨਾਂ ਸੀ ਉਹਨਾਂ ਦਾ ਜੀ? ਭਾਈ ਮਰਦਾਨਾ ਜੀ। ਉਹ ਕੀ ਕਰਦੇ ਸੀਗੇ? ਸੰਗੀਤਕਾਰ ਸਨ। ਕੀ ਸਨ ਉਹ ਜੀ? ਸੰਗੀਤਕਾਰ ਸਨ।
ਅੱਜ ਤੁਹਾਡੇ 'ਚੋਂ ਐਸਾ ਕੌਣ ਆ ਜਿਹੜਾ ਸੰਗੀਤ ਨਹੀਂ ਸੁਣਦਾ? ਸਾਰਿਆਂ ਦੇ ਜਿਹਦੇ ਜੇਬ 'ਚ ਸੀਸਾ ਹੈ ਉਹ ਗੀਤ ਤਾਂ ਵੱਜਦੇ ਨੇ ਜੀ। ਹਾਂ, ਤਾਂ ਦੁਨੀਆ ਦੇ ਵਿੱਚ ਜਿਹੜਾ ਸੰਗੀਤ ਹੈ, ਜਿਹੜਾ ਗੀਤ ਹੈ, ਬੰਦੇ ਨੂੰ ਬੰਨਣ ਦਾ, ਬੰਦੇ ਨੂੰ ਸਿਧਾਉਣ ਦਾ ਸਭ ਤੋਂ ਬਿਹਤਰ ਤਰੀਕਾ ਹੈ। ਇੱਕ ਸ਼ਬਦ, ਇੱਕ ਸੰਗੀਤ। ਜਦੋਂ ਆਨੰਦ ਸਾਹਿਬ ਪੜ੍ਹੋਗੇ ਵਾਰ ਵਾਰ ਸ਼ਬਦ ਦੀ ਗੱਲ ਆਏਗੀ। ਸਾਰੀ ਗੁਰਬਾਣੀ ਪੜ੍ਹਿਓ ਸੁਣਿਓ ਕਦੇ ਵੀ, ਸ਼ਬਦ ਸ਼ਬਦ ਜਿਹੜਾ ਵਾਰ ਵਾਰ ਉਹੀ ਧਿਆਨ ਦੇ ਕੇ ਦੇਖਿਓ ਕਿ ਕੀ ਹੋ ਰਿਹਾ। ਆਮ ਤੌਰ 'ਤੇ ਕਥਾਵਾਚ ਕਹਿਣਗੇ ਕਿ ਸ਼ਬਦ ਗੁਰੂ ਹੈ, ਸ਼ਬਦ ਧਰਮ ਵਜੋਂ ਗੁਰੂ ਨਹੀਂ ਹੈ, ਸਾਰਿਆਂ ਰੂਪਾਂ 'ਚ ਗੁਰੂ ਹੈ। ਤੁਹਾਡੀ ਜਿਹਦੇ ਨਾਲ ਦੁਸ਼ਮਣੀ ਹੈ ਉਹ ਵੀ ਸ਼ਬਦਾਂ ਕਰਕੇ ਹੈ, ਜਿਹਦੇ ਨਾਲ ਦੋਸਤੀ ਹੈ ਉਹ ਵੀ ਸ਼ਬਦਾਂ ਕਰਕੇ ਹੈ। ਤੁਸੀਂ ਕਿਸੇ ਨੂੰ ਦੋ ਗਾਲਾਂ ਕੱਢੋ ਜਿਹਦੇ ਨਾਲ ਤੁਹਾਡੀ ਬਹੁਤ ਬਣਦੀ ਹੈ, ਉਹਦੀਆਂ ਅੱਖਾਂ ਬਦਲਦੀਆਂ ਵੇਖਿਓ। ਸ਼ਬਦ ਸਾਰਿਆਂ ਰੂਪਾਂ 'ਚ ਗੁਰੂ ਹੈ, ਤਾਂ ਬੰਦੇ ਨੂੰ ਸਧਾਉਣ ਦਾ ਤਰੀਕਾ ਵੀ ਸੰਗੀਤ ਅਤੇ ਸ਼ਬਦ ਹੈ। ਪੰਜਾਬ ਦਾ ਇੱਕ ਬਹੁਤ ਵੱਡਾ ਕਵੀ ਸੀ ਜਿਹਨੇ ਪਾਕਿਸਤਾਨ ਦਾ ਖਿਆਲ ਲੈ ਕੇ ਆਉਂਦਾ। ਬੰਦਾ ਪੰਜਾਬੀ ਸੀ, ਲਿਖਦਾ ਉਰਦੂ 'ਚ ਸੀਗਾ, ਉਹਦਾ ਨਾਂ ਹੀ ਡਾਕਟਰ ਮੁਹੰਮਦ ਇਕਬਾਲ। ਉਹਨੇ ਗੱਲ ਲਿਖੀ ਹੈ ਕਿ ਦੁਨੀਆ ਦੇ ਤਖ਼ਤੇ 'ਤੇ ਜਿਹੜੇ ਰਾਜ ਪੈਦਾ ਹੁੰਦੇ ਨੇ ਉਹ ਤਲਵਾਰ ਨਾਲ ਪੈਦਾ ਹੁੰਦੇ ਨੇ ਅਤੇ ਰੰਗ ਰਾਗ ਨਾਲ ਡੁੱਬ ਜਾਂਦੇ ਨੇ, ਜਿੱਥੋਂ ਅਗਲੀ ਪੀੜ੍ਹੀ ਨੱਚਣ ਗਾਉਣ ਨੂੰ ਨਜ਼ਾਰਾ ਸਮਝ ਲਵੇ, ਆਨੰਦ ਸਮਝ ਲਵੇ, ਉੱਥੋਂ ਰਾਜ ਡੁੱਬ ਜਾਂਦਾ ਹੈ। ਇਕੱਲਾ ਰਾਜ ਨਹੀਂ, ਸਾਰੀ ਦੁਨੀਆ ਦੇ ਸਾਰੇ ਸਮਾਜਾਂ ਦਾ ਇਹ ਵਰਤਾਰਾ ਹੈ ਕਿ ਜਿੱਥੇ ਵੀ ਅਗਲੀ ਪੀੜ੍ਹੀ ਨੇ ਉਸ ਸੰਗੀਤ 'ਚੋਂ ਆਨੰਦ ਲੱਭਿਆ ਜਿਹੜਾ ਉਹਨੂੰ ਪਰੰਪਰਾ ਤੋਂ ਤੋੜਦਾ ਹੈ, ਉੱਥੇ ਤਰੱਕੀ, ਵਿਕਾਸ, ਸ਼ਬਦ ਹੋ ਸਕਦੇ ਨੇ, ਪਰ ਵਿਕਾਸ ਤਰੱਕੀ ਹੋਏਗਾ ਬਿਲਕੁਲ ਨਹੀਂ। ਸਭ ਤੋਂ ਸੌਖੀ ਮਿਸਾਲ ਮੈਂ ਤੁਹਾਨੂੰ ਗੀਤਾਂ ਦੇ ਹਵਾਲੇ ਨਾਲ ਦਿਆਂਗਾ, ਕਿਉਂਕਿ ਜਿੱਥੇ ਸਾਡਾ ਮਨ ਲੱਗਿਆ ਹੁੰਦਾ ਸਿਰਫ ਉਹੀ ਗੱਲ ਸਮਝ ਆਉਂਦੀ ਹੈ। ਤੁਹਾਡੇ ਸਾਹਮਣੇ ਆ ਅੱਖਰ ਲਿਖੇ ਨੇ, ਇਹ ਪੜ੍ਹਨ ਜਾਣਦੇ ਹੋ ਤਾਂ ਸੁਨੇਹਾ ਸਮਝ ਆ ਰਿਹਾ। ਜੇ ਅੱਖਰ ਚੀਨੀ 'ਚ ਹੁੰਦੇ ਤੁਹਾਡੇ 'ਚੋਂ ਕਿੰਨਿਆਂ ਨੂੰ ਆਉਣੇ ਸੀਗੇ? ਇਹ ਸ਼ਾਇਦ ਕੋਈ ਵੀ ਨਹੀਂ ਜਾਣਦਾ ਹੋਵੇ। ਜਿਵੇਂ ਅੱਖਰਾਂ ਰਾਹੀਂ ਸ਼ਬਦਾਂ ਦਾ ਗਿਆਨ ਹਾਸਲ ਹੁੰਦਾ, ਉਵੇਂ ਦੁਨੀਆ 'ਚ ਜਿਹੜੀਆਂ ਬਿਰਤੀਆਂ ਸਾਡੀਆਂ ਚੱਲਦੀਆਂ ਨੇ ਉਹਨਾਂ ਰਾਹੀਂ ਜ਼ਿੰਦਗੀ ਦਾ ਗਿਆਨ ਹਾਸਲ ਹੁੰਦਾ। ਬਾਬਾ ਜੀ ਨੇ ਪਹਿਲਾਂ ਕਿਹਾ ਸੀ ਇੱਥੇ, ਇੱਕ ਇੱਕ ਹਨੇਰਾ ਬਾਹਰ ਹੁੰਦਾ, ਇੱਕ ਹਨੇਰਾ ਅੰਦਰ ਹੁੰਦਾ। ਅੰਦਰ ਹਨੇਰਾ ਕਿਵੇਂ ਹੁੰਦਾ ਭਲਾ? ਸਾਨੂੰ ਗੱਲ ਪਤਾ ਹੁੰਦੀ ਹੈ, ਸਾਡੇ 'ਤੇ ਅਸਰ ਨਹੀਂ ਕਰਦੀ। ਮਿਸਾਲ ਵਜੋਂ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੋਏਗਾ ਕਿ ਸੱਚ ਬੋਲੋ, ਪਤਾ ਹੈ ਨਾ ਜੀ, ਉੱਦਾਂ ਹਨੇਰਾ ਹਲੇ। ਘੱਟ ਬੋਲੋ, ਮਿੱਠਾ ਬੋਲੋ, ਹੌਲੀ ਬੋਲੋ, ਮਾੜਾ ਜਿਹਾ ਬੋਲੋ ਜੀ, ਕਿ ਪਤਾ ਹੈ, ਹੈ ਨਾ ਜੀ ਪਤਾ ਆਪਾਂ ਨੂੰ? ਹਾਂ, ਪਤਾ ਹੋਣ ਦੇ ਬਾਵਜੂਦ ਵੀ ਅਸਰ ਨਹੀਂ ਹੈ, ਇਸੇ ਨੂੰ ਹਨੇਰਾ ਕਹਿੰਦੇ ਨੇ। ਮਤਲਬ ਬੰਦਾ ਜੰਮਦਾ ਹੈ ਆਪਦੀ ਦੇਹੀ ਲੈ ਕੇ, ਇਹ ਦੇਹੀ ਨੇ ਖਤਮ ਹੋ ਜਾਣਾ, ਪਰ ਇਹਦੇ ਬਾਵਜੂਦ ਲੋਕ ਆਪਣੇ ਸਰੀਰ ਨੂੰ ਕਿਵੇਂ ਸਾਂਭਦੇ ਨੇ, ਕਿਵੇਂ ਜਾਣਦੇ ਨੇ, ਇਹ ਉਹਨਾਂ ਦੀ ਸਮਝ ਦੱਸਦਾ ਦੁਨੀਆ ਬਾਰੇ 'ਚ।
ਤੁਹਾਨੂੰ ਮੈਂ ਇੱਕ ਮਿਸਾਲ ਹੀ ਗੱਲ ਦੀ ਦਿੰਦਾ ਕਿ 1990 ਤੋਂ ਬਾਅਦ ਤੁਹਾਡੇ ਤੋਂ ਜਿਹੜੇ ਬੰਦੇ ਕਮਰਸ ਪੜ੍ਹਦੇ ਨੇ ਜਾਂ ਇਕਨੋਮਿਕਸ ਪੜ੍ਹਦੇ ਨੇ, ਜਿਨ੍ਹਾਂ ਨੂੰ ਪੈਸੇ ਦਾ ਵਿਗਿਆਨ ਸਮਝ ਆਉਂਦਾ ਜਾਂ ਪੜ੍ਹਾਉਂਦੇ ਨੇ, ਉਹ ਦੱਸਣਗੇ ਕਿ ਉਦੋਂ ਤੋਂ ਫੇਅਰ ਐਂਡ ਲਵਲੀ ਕਿੰਨੀ ਵੱਧ ਵਿਕਣ ਲੱਗ ਗਈ। ਜਿਹੜੀਆਂ ਚੀਜ਼ਾਂ ਦੀ ਬੰਦੇ ਨੂੰ ਲੋੜ ਨਹੀਂ ਹੈ ਉਹਦੇ ਤੋਂ ਬਿਨਾਂ ਸਰ ਸਕਦਾ। ਮਿਸਾਲ ਵਜੋਂ ਜਿੰਨੇ ਵੀ ਸਜਾਵਟ ਦਾ ਸਮਾਨ ਹੈ ਉਹ ਕਿੰਨਾ ਵਿਕ ਰਿਹਾ ਦੁਨੀਆ ਦੇ ਵਿੱਚ ਅਤੇ ਉਹਦੀ ਕਿੰਨੀ ਲੋੜ ਹੈ। ਮਿਸਾਲ ਵਜੋਂ ਦੁਨੀਆ ਦੇ ਵਿੱਚ ਅਰਬਾਂ ਖਰਬਾਂ ਦਾ ਪੈਸਾ ਖਰਚ ਹੁੰਦਾ ਮੁਕਾਬਲਿਆਂ ਦੇ ਉੱਤੇ ਕਿ ਸੋਹਣਾ ਕੌਣ ਹੈ। ਪੰਜਾਬ ਦੇ ਪੱਧਰ ਦਾ, ਜ਼ਿਲ੍ਹੇ ਪੱਧਰ ਦਾ ਮੁਕਾਬਲਾ ਸੁੰਦਰਤਾ ਦਾ, ਦੇਸ਼ ਪੱਧਰ ਦਾ, ਦੁਨੀਆ ਪੱਧਰ ਦਾ, ਮਿਸ ਯੂਨੀਵਰਸ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਧਰਤੀ ਹੇਠਾਂ ਪਾਣੀ ਕਿੰਨਾ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਧਰਤੀ 'ਤੇ ਕਿੰਨੇ ਲੋਕਾਂ ਨੂੰ ਪੀਣ ਨੂੰ ਪਾਣੀ ਨਹੀਂ ਮਿਲਦਾ, ਉਹ ਯੂਨੀਵਰਸ ਮੁਕਾਬਲੇ ਕਰਾਉਂਦੇ ਨੇ। ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਧਰਤੀ ਦੇ ਆਲੇ ਦੁਆਲੇ ਹੋਰ ਧਰਤੀਆਂ ਕਿੰਨੀਆਂ ਹਨ, ਇਹ ਸਾਰਾ ਕੁਛ ਸਾਡੇ ਸਾਹਮਣੇ ਆਨੰਦ ਦੇ ਨਜ਼ਾਰੇ ਦੇ ਅਰਥ ਬੰਨਣ ਦੀ ਖੇਡ ਹੈ। ਉੱਦਾਂ ਪੰਜਾਬ ਦਾ ਹਾਲਾਤ ਕਹਿੰਦੇ ਬਹੁਤ ਮਾੜਾ, ਪਰ ਪੰਜਾਬੀ ਦੇ ਗੀਤਾਂ ਦੀ ਮਨੋਰੰਜਨ ਦੀ ਜਿਹੜੀ ਮੰਡੀ ਹੈ ਉਹ ਇੱਕ ਸਾਲ ਦੀ ਕਹਿੰਦੇ 12-1300 ਕਰੋੜ ਦੀ ਹੈ। ਉੱਦਾਂ ਪੰਜਾਬ ਦਾ ਹਾਲਾਤ ਮੰਦਾ ਹੈ, ਲੋਕਾਂ ਨੂੰ ਰੁਜ਼ਗਾਰ ਨਹੀਂ ਹੈ, ਖੇਤੀ ਵਾਲਿਆਂ ਦੀ ਮੰਦੀ ਹਾਲ ਹੈ, ਦੁਕਾਨਾਂ ਵਾਲੇ ਨੂੰ ਜਾ ਕੇ ਪੁੱਛੋ ਉਹ ਵੀ ਕਹਿੰਦੇ ਮੰਦਾ ਹਾਲ ਹੈ। ਜਿਹੜੇ ਨੌਕਰੀਆਂ ਵਾਲੇ ਨੇ ਉਹ ਥਾਂ ਥਾਂ ਧਰਨੀ ਦੇਈ ਜਾਂਦੇ ਨੇ, ਸਰਕਾਰ ਤਨਖਾਹ ਨਹੀਂ ਪਾਉਂਦੀ, ਜੇ ਪੈਂਦੀ ਹੈ ਤਾਂ ਵਧਾਉਂਦੀ ਨਹੀਂ ਹੈ, ਅਤੇ ਜਿਹੜੀ ਮੰਡੀ ਹੈ ਮਨੋਰੰਜਨ ਦੀ ਉਹ ਵੱਡੀ ਹੋਈ ਜਾਂਦੀ ਹੈ। ਡਾਕਟਰਾਂ ਨੂੰ ਮਿਲੋ ਜਾ ਕੇ ਪਤਾ ਲੱਗਦਾ ਕਿ ਬਿਮਾਰਾਂ ਦੀ ਗਿਣਤੀ ਵੱਧ ਰਹੀ ਹੈ, ਬੇਰੁਜ਼ਗਾਰਾਂ ਦੀ ਗਿਣਤੀ ਵੱਧ ਰਹੀ ਹੈ, ਪਰ ਇਹਦੇ ਬਾਵਜੂਦ ਮਨੋਰੰਜਨ ਦੀ ਮੰਡੀ ਵੱਡੀ ਹੋ ਰਹੀ ਹੈ। ਪਹਿਲਾਂ ਐਡੇ ਐਡੇ ਸ਼ੀਸ਼ੇ ਸੀਗੇ, 2.5 ਇੰਚ ਦੀ ਸਕਰੀਨ ਸੀ, ਹੁਣ ਉਹ ਲੱਪੜ ਜਿੱਡੀ ਹੋ ਗਈ ਹੈ। ਪਹਿਲਾਂ ਉਹਦੇ ਰੰਗ ਕਿੰਨੇ ਸੀਗੇ ਜੀ, ਪਹਿਲਾਂ ਕਿੰਨੇ ਸੀਗੇ, ਉਹ ਮੂਹਰੇ ਬੀ ਲੱਗਦੀ ਸੀ HB ਦੇ ਵੀ, HD ਦੇ ਮੂਹਰੇ, ਫਿਰ ਉਹ HD ਹੋਇਆ, ਫਿਰ FHD ਹੋਇਆ, ਠੀਕ ਹੈ, ਫਿਰ 2K 4K 8K ਸ਼ੀਸ਼ੇ ਉੱਤੇ ਜਿਹੜੇ ਰੰਗ ਵੱਧ ਰਹੇ ਨੇ ਉਹ ਤੁਹਾਡੇ ਮਨ ਵਿੱਚ ਮਨੋਰੰਜਨ ਦਾ ਆਨੰਦ ਦਾ ਅਰਥ ਬਣ ਰਹੇ ਨੇ। ਮਿਸਾਲ ਦੇ ਕੇ ਇਹ ਹੈ ਕਿ ਬੀਬੀਆਂ ਭੈਣਾਂ ਦਾ ਦੁੱਧ ਚੁੱਲ੍ਹੇ 'ਤੇ ਉਬਲ ਜਾਂਦਾ, ਬਹੁਤਿਆਂ ਦੀ ਟੂਟੀ ਚੱਲਦੀ ਰਹਿ ਜਾਂਦੀ ਹੈ, ਇੱਦਾਂ ਹੀ ਹੈ ਜੀ। ਜਦੋਂ ਬੰਦਾ ਸ਼ੀਸ਼ੇ ਨਾਲ ਜੁੜਦਾ ਹੈ ਤਾਂ ਆਪਣੇ ਸਾਰੇ ਕੰਮ ਭੁੱਲ ਜਾਂਦਾ, ਉਹਦੇ 'ਚ ਸਿਰਫ ਅੱਖਾਂ ਦਾ ਮਸਲਾ ਨਹੀਂ ਹੈ, ਆਪਦੀਆਂ ਬਿਰਤੀਆਂ ਦਾ ਮਸਲਾ ਵੀ ਹੈ ਕਿ ਦੁਨੀਆ ਦੇ ਅੰਦਰ ਸਾਰੇ ਕਿਤੇ ਅੱਖ ਕੰਨ ਇਹ ਦੋ ਇੰਦਰੀਆਂ ਜਿਹੜੀਆਂ, ਇਹਨਾਂ ਦੀ ਵਰਤੋਂ ਕਿਹੋ ਜਿਹੀ ਸਿੱਖਿਆ ਲਈ ਕੀਤੀ ਜਾ ਰਹੀ ਹੈ ਇਹ ਸਾਡੀ ਕਿਸਮਤ ਤੈਅ ਕਰਦੀ ਹੈ। ਤੁਹਾਡੇ 'ਚੋਂ ਜਿਹਨੇ ਵੀ ਆਨੰਦ ਸਾਹਿਬ ਕਦੇ ਪੜ੍ਹਿਆ ਜਾਂ ਸੁਣਿਆ
ਉੱਥੇ ਇਹ ਜ਼ਿਕਰ ਹੈ, ਇਹ ਸਰਵਣੋ ਮੇਰਿਓ ਸੱਚ ਸੁਣਨ ਨੋ ਪਠਾਏ। ਜੀਵ ਨੂੰ ਕਿਹਾ ਹੋਇਆ, ਆਪਦੀਆਂ ਅੱਖਾਂ ਨੂੰ ਕਿਹਾ ਹੋਇਆ, ਕੰਨਾਂ ਨੂੰ ਕਿਹਾ ਹੋਇਆ, ਇਹ ਤਾਂ ਕਿਹਾ ਹੋਇਆ ਕਿ ਬੰਦੇ ਨੂੰ ਆਨੰਦ ਹੈ ਜਿਹੜਾ ਉਹ ਜੀਵ ਨਾਲ ਜੁੜ ਕੇ ਆਉਂਦਾ। ਜਿੰਨੀ ਅਸੀਂ ਨਿੰਦਿਆ ਕਰਦੇ ਹਾਂ ਉਹ ਜੀਵ ਦਾ ਸਵਾਦ ਹੈ, ਉਹ ਕੰਨ ਦਾ ਸਵਾਦ ਹੈ। ਜਿੰਨੇ ਗੀਤ ਸੁਣਦੇ ਹੋ ਉਹ ਕੰਨ ਦਾ ਸਵਾਦ ਹੈ, ਅੱਖ ਦਾ ਸਵਾਦ ਹੈ। ਕਿਉਂਕਿ ਜਦੋਂ 4G ਆ ਗਿਆ 2017 ਦੇ ਵਿੱਚ, ਉਦੋਂ ਗਾਣੇ ਵੇਖਣ ਦੇ ਹੋ ਗਏ ਸੁਣਨ ਦੀ ਥਾਂ 'ਤੇ। ਹੁਣ ਕਿਹੜਾ ਕਲਾਕਾਰ ਵਧੀਆ, ਇਹ ਵੀ ਸ਼ੀਸ਼ੇ ਤੋਂ ਤੈਅ ਹੁੰਦਾ ਕਿ ਕਿਹਦੇ ਦੇਖਣ ਵਾਲਿਆਂ ਦੇ ਮੂਹਰੇ M ਲੱਗਦੀ ਹੈ ਜਾਂ B ਲੱਗਦੀ ਹੈ। ਜਿਹਨੂੰ K ਨਹੀਂ ਲੱਗੀ ਉਹ ਬੰਦਾ ਨਹੀਂ ਹੈ। ਨਜ਼ਾਰੇ ਦਾ, ਆਨੰਦ ਦਾ ਅਰਥ ਜਿਹਦੇ ਕੋਲ ਬੰਨਣ ਦਾ ਹੱਕ ਹੈ, ਉਹ ਤੁਹਾਡੀ ਜ਼ਿੰਦਗੀ ਦੇ ਅਰਥ ਤੈਅ ਕਰ ਰਿਹਾ ਹੈ। ਜੇ ਤੁਹਾਡੇ ਨਜ਼ਾਰੇ ਦਾ, ਆਨੰਦ ਦਾ ਅਰਥ ਬੰਨਣ ਦਾ ਹੱਕ ਤੁਹਾਡੇ ਮਾਂ ਪਿਓ ਕੋਲ ਨਹੀਂ ਹੈ, ਤੁਸੀਂ ਉਹਨਾਂ ਨੂੰ ਖਰਚਾ ਕਰਾਉਣ ਵਾਲੇ ਬੰਦੇ ਹੋ ਪਰ ਉਹਨਾਂ ਦੇ ਤੁਸੀਂ ਅਗਲੇ ਨਹੀਂ ਹੋ। ਜੇ ਅਧਿਆਪਕ ਜਾਂ ਹੋਰ ਜਿਹੜੇ ਸਮਾਜ ਦੇ ਇੱਜ਼ਤਦਾਰ ਲੋਕ ਹਨ, ਜੇ ਉਹ ਤੁਹਾਡੇ ਅੱਗੇ ਆਪਣੀ ਪਰੰਪਰਾ ਮੁਤਾਬਕ ਆਨੰਦ ਦਾ, ਨਜ਼ਾਰੇ ਦਾ ਅਰਥ ਨਹੀਂ ਬਣ ਰਹੇ, ਤਾਂ ਇਹਦਾ ਮਤਲਬ ਬਹੁਤ ਸਾਫ਼ ਹੈ ਕਿ ਤੁਹਾਡਾ ਅਤੇ ਉਹਨਾਂ ਵਿਚਕਾਰ ਰਿਸ਼ਤਾ ਸਹੀ ਨਹੀਂ ਹੈ। ਜਦੋਂ ਮੈਂ ਇੱਥੇ ਆਇਆ ਤਾਂ ਸਾਡੀ ਗੱਲ ਹੋਣ ਲੱਗੀ ਇਹਨਾਂ ਨਾਲ, ਤੁਹਾਡੇ ਪ੍ਰਬੰਧਕਾਂ ਨਾਲ, ਕਿ ਪਹਿਲਾਂ ਬੱਚੇ ਕਿਹੋ ਜਿਹੇ ਸੀ। ਮੈਂ ਤੁਹਾਨੂੰ ਦੋਸ਼ ਨਹੀਂ ਦੇਣ ਲੱਗਿਆ, ਇਹ ਸਮਝਣ ਦਾ ਮਸਲਾ ਜ਼ਿੰਦਗੀ ਦਾ, ਕਿ ਅਸੀਂ ਜੋ ਵੇਖਦੇ ਹਾਂ ਅੱਖਾਂ ਰਾਹੀਂ, ਅੱਖਾਂ ਨਹੀਂ ਵੇਖਦੀਆਂ ਉਹਨੂੰ, ਉਹਨੂੰ ਵੇਖਦੇ ਆ ਸਾਡੇ ਮਨ ਅੰਦਰ ਵਸੇ ਹੋਏ ਖਿਆਲ। ਸਾਨੂੰ ਅੱਖਾਂ ਰਾਹੀਂ ਵੇਖ ਕੇ ਕੀ ਚੰਗਾ ਲੱਗੇ, ਬਿਲਕੁਲ ਸਾਫ਼। ਸਾਡੇ ਮੁੰਡੇ ਕੁੜੀਆਂ ਸਾਰੀ ਥਾਂ ਦੇ ਉੱਤੇ ਸੋਹਣਾ ਸੋਹਣੀ ਵੇਖਦੇ ਨੇ, ਪਰ ਧਿਆਨ ਦੇ ਕੇ ਦੇਖਿਓ ਕਿ ਤੈਅ ਕੌਣ ਕਰਦਾ। ਮੈਂ ਆਪਣੀ ਗੱਲ ਸੁਣਾਵਾਂ, ਅਸੀਂ ਇੱਕ ਵਾਰੀ ਆਪਣੇ ਘਰ ਦੇ ਪੁਰਾਣੇ ਕੱਪੜੇ ਫਰੋਲੇ ਅਤੇ ਸਾਡੇ ਬਾਪੂ ਦੀ ਪਹਿਨਤ ਨਿਕਲੀ ਵਿੱਚੋਂ 1970 ਦੀ, ਉਹਦਾ ਗੋਡਾ ਉਹਦਾ 16-17 ਇੰਚ, ਉਹਦਾ ਪੌਂਚਾ ਪਾਉ 25 ਇੰਚ। ਮੈਨੂੰ ਬੜੀ ਹੈਰਾਨੀ ਵੀ ਇਹ ਕਿਹੋ ਜਿਹੀ ਪੈਂਟ ਹੋਈ, ਅਤੇ ਪਤਾ ਲੱਗਿਆ ਉਦੋਂ ਬੈਲ ਬੋਟਮ ਦਾ ਰਿਵਾਜ਼ ਸੀਗਾ ਵੀ ਗੋਡੇ ਕੋਲੋਂ ਭੀੜੀ ਅਤੇ ਥੱਲਿਓਂ ਘੱਗਰੇ ਜਿੰਨੀ। ਫਿਰ ਜਦੋਂ ਅਸੀਂ ਸਕੂਲੇ ਪੜ੍ਹਨ ਗਏ, ਸਾਡੇ ਜਿਹੜੇ ਅਗਲੇ ਸੀਗੇ ਉਹਨਾਂ ਦੇ ਭੀੜੀਆਂ ਪੈਂਟਾਂ ਸੀ, ਐਨ ਕਸਮੀਆਂ ਵੀ ਪਤਾ ਨਹੀਂ ਸੀ ਲੱਗਦਾ ਪਾ ਕੇ ਸਵਾਈ ਆ ਕਿ ਸਵਾ ਕੇ ਪਾਈ ਹੈ। ਜਦੋਂ ਅਸੀਂ ਕਾਲਜ ਪੜ੍ਹਨ ਗਏ ਖੁੱਲੀਆਂ ਪੈਂਟਾਂ ਆ ਗਈਆਂ, ਬੈਗੀ। ਮੈਂ ਦਮਦਮਾ ਸਾਹਿਬ ਇੱਕ ਆਰੇ ਦੇ ਉੱਤੇ ਕਿਸੇ ਦੀ ਪੈਂਟ ਪਈ ਦੇਖੀ, ਅਸੀਂ ਜਾ ਕੇ ਬਕਾਇਦਾ ਮਿਣੀ, ਐਂ 2 ਗਿੱਠਾਂ ਪਾਈਆਂ, ਪੌਂਚਾ ਵੱਡਾ ਸੀਗਾ। ਸੋਹਣੇ ਦੇ ਅਰਥ ਕੌਣ ਤੈਅ ਕਰ ਰਿਹਾ? ਕੱਪੜੇ ਦੂਰੋਂ ਨਜ਼ਰ ਆਉਂਦੀ ਪਹਿਲੀ ਸ਼ੈ ਹੈ। ਜੇ ਤੁਸੀਂ ਕਿਸੇ ਹੋਰ ਦੇ ਪਿੱਛੇ ਲੱਗ ਕੇ ਭੇਡ ਚਾਲ ਕੱਪੜੇ ਪਾਉਂਦੇ ਹੋ, ਤੁਸੀਂ ਕਿੰਨੇ ਕੁ ਬੰਦੇ ਹੋ ਤੁਸੀਂ ਆਪੇ ਅੰਦਾਜ਼ਾ ਲਾ ਲਿਓ, ਮੈਂ ਕੁਛ ਨਹੀਂ ਕਹਿਣਾ ਤੁਹਾਨੂੰ। ਇਹ ਤੁਹਾਡੇ ਨਜ਼ਾਰੇ ਦਾ ਇੱਕ ਹਿੱਸਾ ਹੈ ਕਿ ਅੱਖਾਂ ਤੁਹਾਨੂੰ ਕਿੱਦਾਂ ਵੇਖਦੀਆਂ ਨੇ, ਸ਼ੀਸ਼ੇ ਤੁਸੀਂ ਆਪਦੇ ਆਪ ਨੂੰ ਕਿੱਦਾਂ ਵੇਖਦੇ ਹੋ। ਜੇ ਪੁਰਾਣਾ ਇਤਿਹਾਸ ਪੜ੍ਹੋਗੇ ਤਾਂ ਇੱਥੇ ਇੱਕ ਰਿਵਾਜ਼ ਸੀਗਾ ਕਿ ਮੌਤ ਤੋਂ ਵੱਡੀ ਸਜ਼ਾ ਦੇਣ ਲਈ
ਕੀ ਤਰੀਕਾ ਅਪਣਾਇਆ ਜਾਵੇ, ਬੰਦੇ ਨੂੰ ਮੌਤ ਤੋਂ ਵੱਡੀ ਸਜ਼ਾ ਦੇਣ ਲਈ ਤਰੀਕਾ ਕੀ ਅਪਣਾਇਆ ਜਾਵੇ? ਉਹਦਾ ਉਹਦੀ ਪੱਗ ਲਹਾ ਲੈਂਦੇ ਸੀ ਕਿ ਆਪੇ ਲੋਕਾਂ ਨੂੰ ਪਤਾ ਲੱਗ ਜੂ ਕਿ ਬੇਇੱਜ਼ਤ ਬੰਦਾ ਜਾਂਦਾ। ਫਿਰ ਸਿਰ ਮੁੰਨਣ ਦਾ ਸਵਾਲ ਹੋਇਆ ਕਿ ਜਿਹਦੀ ਫੁੱਲ ਬੇਇੱਜ਼ਤੀ ਕਰਨੀ ਹੈ ਟਕਾ ਕੇ ਉਹਦੇ ਕੇਸ ਮੁੰਨ ਦਿਓ। ਅਤੇ ਜਿੱਦਾਂ ਮੁਗਲਾਂ ਨੇ ਰਾਜ ਕੀਤਾ ਉਹਨਾਂ ਨੇ ਢਿਡੋਰਾ ਫਿਰਾਇਆ ਕਿ ਜੇ ਕਿਸੇ ਦੇ ਪੱਗ ਬੰਨ੍ਹੀ ਹੋਈ ਨਾ ਢਾ ਲਾਂਗੇ ਉੱਥੇ। ਤੁਸੀਂ ਅੱਜ ਵੀ ਦੇਖਿਓ ਤੁਹਾਡੇ ਤੋਂ ਜਿਹਨੂੰ ਠਾਣੇ ਜਾਣਾ ਪੈ ਗਿਆ ਸਿਰ ਤੋਂ ਪੱਗ ਵੀ ਲਹਾਉਣਗੇ, ਪੈਰੋਂ ਜੁੱਤੀ ਵੀ ਲਹਾਉਣਗੇ, ਕਾਮਰ ਕਸਾ ਜਾਂ ਬੱਦਰੀ ਵੀ ਲਹਾਉਣਗੇ ਇੱਥੋਂ ਤੁਹਾਡੀ। ਉਹ ਨਿਸ਼ਾਨੀ ਹੁੰਦੀ ਹੈ ਕਿ ਤੁਸੀਂ ਸਰਕਾਰ ਦੇ ਕਬਜ਼ੇ ਅਧੀਨ ਹੋ, ਤੁਹਾਡੀ ਆਜ਼ਾਦੀ ਖਤਮ ਹੈ। ਤੁਸੀਂ ਸੋਨੇ ਕਿਵੇਂ ਲੱਗੋਗੇ ਇਹਦਾ ਇੱਕ ਅਰਥ ਤੁਹਾਡੀ ਪਰੰਪਰਾ ਤੈਅ ਕਰਦੀ ਹੈ। ਤੁਸੀਂ ਸੋਹਣੇ ਕਿਵੇਂ ਲੱਗੋਗੇ ਇਹਦਾ ਇੱਕ ਅਰਥ ਸਮੇਂ ਦੀ ਹਕੂਮਤ ਜਾਂ ਤਾਕਤਵਰ ਲੋਕ ਤੈਅ ਕਰਦੇ ਨੇ। ਸੋਹਣੇ ਹੋਣਾ ਆਨੰਦ ਦਾ ਬਹੁਤ ਵੱਡਾ ਹਿੱਸਾ ਹੈ। ਸਾਡੇ ਇੱਕ ਮਿੱਤਰ ਨੇ ਇੱਕ ਵਾਰੀ ਆਪਦੇ ਘਰ ਆ ਲਵਾਇਆ ਠੰਡੂਆ ਜਿਹੜਾ ਏਸੀ, ਉਹ ਕਹਿੰਦਾ ਵੀ ਬਹੁਤ ਨਜ਼ਾਰਾ ਹੈ। ਕਹਿੰਦਾ ਵੀ ਦੂਜੇ ਤੀਜੇ ਦਿਨ ਉਹ ਰੇਹ ਪਾਉਂਦੇ ਸੀ ਜਿਹੜਾ ਮੁੰਡਾ ਸੀ ਉਹਨਾਂ ਨਾਲ ਸੀਰੀ, ਉਹ ਕਹਿੰਦਾ ਬਾਈ ਆ ਮੈਂ ਖਾਈ ਪੱਟਤੀ, ਤੂੰ ਟਰਾਲੀ ਪਿੱਛੇ ਲਾ, ਬਹੁਤ ਨਜ਼ਾਰਾ ਟਰਾਲੀ ਭਰਨ ਦਾ। ਉਹ ਕਹਿੰਦਾ ਮੈਂ ਸੋਚਾਂ ਵੀ ਮੈਂ ਉੱਥੇ ਬਹਿ ਕੇ ਨਜ਼ਾਰਾ ਲੈਂਦਾ, ਇਹ ਗਰਮੀ 'ਚ ਮਈ ਦੇ ਮਹੀਨੇ ਰੇਹ ਪੱਟ ਕੇ ਨਜ਼ਾਰਾ ਲੈਂਦਾ, ਵੀ ਨਜ਼ਾਰਾ ਕਿੱਥੋਂ ਆ ਰਿਹਾ? ਨਜ਼ਾਰਾ ਕਿੱਥੋਂ ਆ ਰਿਹਾ? ਸਾਰੀ ਰਾਜਨੀਤੀ ਇਸ ਗੱਲ 'ਚ ਹੈ, ਸਾਰਾ ਵਪਾਰ ਇਸ ਗੱਲ ਦੇ ਵਿੱਚ ਹੈ। ਜਿਹੜੇ ਇਕਨੋਮਿਕਸ ਪੜ੍ਹਾਉਂਦੇ ਨੇ ਉਹ ਜਾਣਦੇ ਨੇ ਕਿ ਇੰਜ ਦਾ ਸਿਧਾਂਤ ਕਿ ਵਪਾਰ ਇਸ ਗੱਲ 'ਚ ਹੈ ਕਿ ਲੋਕਾਂ ਦਾ ਲਾਲਚ ਵਧਾਓ, ਲੋਕਾਂ ਦਾ ਲਾਲਚ ਵੱਡਾ ਕਰੋ। ਹਕੂਮਤ ਇਸ ਗੱਲ ਦੇ ਵਿੱਚ ਹੈ ਕਿ ਲੋਕਾਂ ਦਾ ਡਰ ਵੱਡਾ ਕਰੋ, ਡਰ ਅਤੇ ਲਾਲਚ। ਤੁਹਾਡੇ 'ਚੋਂ ਬਹੁਤਿਆਂ ਨੂੰ ਜਿਹੜਾ ਨਜ਼ਾਰਾ ਆ ਰਿਹਾ ਉਹ ਦੋਨਾਂ ਥੰਮੀਆਂ 'ਤੇ ਖੜ੍ਹਾ ਹੋਇਆ, ਡਰ ਦੀਆਂ 'ਤੇ ਜਾਂ ਲਾਲਚ ਦੀਆਂ 'ਤੇ। ਜਿੰਨੇ ਗੀਤ ਸੁਣਦੇ ਹੋ ਬੰਦਾ ਮਾਰ ਦਿਆਂਗੇ, ਬੰਦਾ ਮਾਰ ਕੇ ਰੋਟੀ ਖਾਂਦੇ ਹਾਂ, ਡਰ ਦਾ ਪ੍ਰਗਟਾਵਾ ਨੇ, ਡਰਿਆ ਹੋਇਆ ਬੰਦਾ ਲਲਕਾਰੇ ਮਾਰਦਾ। ਤੁਸੀਂ ਇਤਿਹਾਸ ਪੜ੍ਹਿਓ, ਕੋਈ ਵੀ ਸੂਰਮਾ ਕਿਸੇ ਦੇ ਬੂਹੇ ਅੱਗੇ ਲਲਕਾਰਾ ਨਹੀਂ ਮਾਰਦਾ, ਜਿਹੜਾ ਲਲਕਾਰੇ ਮਾਰਦਾ ਆ ਕੇ ਉਹਨੂੰ ਸਾਂਭਦਾ, ਸਾਂਭ ਕੇ ਫਿਰ ਆਪਦੀ ਰੋਟੀ ਖਾ ਲੈਂਦਾ, ਕਿਸੇ ਨੂੰ ਦੱਸਣ ਨਹੀਂ ਜਾਂਦਾ ਕਿ ਅਸੀਂ ਕੀ ਕਰਦੇ ਹਾਂ। ਪੰਜਾਬ ਦੇ ਵਿੱਚ ਖਾੜਕੂ ਲਹਿਰ ਚੱਲੀ, ਜਿਨ੍ਹਾਂ ਨੇ ਸੱਚੀ ਮੱਚੀ ਜ਼ਾਲਮਾਂ ਨੂੰ ਮਾਰਿਆ, ਤੁਹਾਡੇ 'ਚੋਂ ਬਹੁਤਿਆਂ ਦਾ ਨਾਂ ਨਹੀਂ ਪਤਾ ਹੋਣਾ ਉਹਨਾਂ ਨੂੰ ਤੁਹਾਡੇ 'ਚੋਂ, ਪਰ ਜਿਨ੍ਹਾਂ ਨੇ ਗਾਣੇ ਗਾਏ ਕਿ ਅਸੀਂ ਬੰਦਾ ਮਾਰ ਦਿੰਦੇ ਹੁੰਦੇ ਹਾਂ, ਉਹਨਾਂ ਨੂੰ ਸਾਰੇ ਜਾਣਦੇ ਹੋਣਗੇ। ਡਰ ਅਤੇ ਲਾਲਚ ਦੁਨੀਆ ਦੇ ਬਹੁਤ ਵੱਡੇ ਹਿੱਸੇ ਉੱਤੇ ਸੋਹਣੇ ਹੋਣ ਦਾ, ਆਨੰਦ ਦਾ, ਸਵਾਦ ਦਾ ਅਰਥ ਪੈਦਾ ਕਰਦਾ। ਆਨੰਦ ਸਾਹਿਬ ਦੀ ਬਾਣੀ ਪੜ੍ਹੋਗੇ ਤਾਂ ਇਹ ਗੱਲ ਤੁਹਾਨੂੰ ਉੱਥੇ ਸਮਝ ਆਏਗੀ ਕਿ ਅੰਦਰ ਉਹ ਜਿਨ ਕਾ ਮੋਹ ਟੁੱਟਾ, ਜਿਹੜੀਆਂ ਸਾਡੀਆਂ ਪੰਜ ਬਿਰਤੀਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਨਾਲ ਬੰਦੇ ਦਾ ਅੰਦਰਲੇ ਪਾਸੇ ਰਿਸ਼ਤਾ ਕਿਹੋ ਜਿਹਾ ਹੈ। ਪੰਜਾਬ 'ਚ ਜਿਹੜੇ ਕਲਾਕਾਰ ਮਸ਼ਹੂਰ ਨੇ, ਇੱਕ ਜਿਹਦੇ ਪਿੱਛੇ ਫਿਲਮ ਬਣੀ ਹੈ ਉਹਨੇ ਕਾਮ ਦੇ ਗਾਣੇ ਗਾਏ ਸੀ, ਇੱਕ ਪਿੱਛੇ ਮੁੰਡਾ ਮਾਰਿਆ ਗਿਆ ਉਹਨੇ ਕ੍ਰੋਧ ਦੇ ਗਾਣੇ ਗਾਏ ਸੀ। ਕਾਮ ਅਤੇ ਕ੍ਰੋਧ ਦਾ ਮਨੋਰੰਜਨ ਪੈਦਾ ਕਰਨਾ ਇਹ ਸੂਰਮਿਆਂ ਦੀ ਵਿਰਾਸਤ ਨਹੀਂ ਹੁੰਦੀ, ਇਹ ਸ਼ਹੀਦਾਂ ਦੀ ਵਿਰਾਸਤ ਨਹੀਂ ਹੈ, ਇਹ ਗੁਰੂ ਦੀ ਵਿਰਾਸਤ ਨਹੀਂ ਹੈ।
ਤੁਹਾਡੇ ਅੱਗੇ ਜ਼ਿੰਦਗੀ 'ਚ ਆਨੰਦ ਦਾ ਮਾਨਾ ਕਿੱਥੋਂ ਤੈਅ ਹੋਵੇ। ਸਾਡੀ ਪਰੰਪਰਾ ਅੰਦਰ ਆਨੰਦ ਸਾਹਿਬ ਐਸੀ ਬਾਣੀ ਹੈ, ਕਿਸੇ ਦੇ ਜਨਮ ਹੋਵੇ ਤਾਂ ਵੀ ਆਨੰਦ ਸਾਹਿਬ ਪੜ੍ਹੋ, ਕਿਸੇ ਦੇ ਵਿਆਹ ਹੋਵੇ ਤਾਂ ਵੀ ਆਨੰਦ ਸਾਹਿਬ ਪੜ੍ਹੋ, ਜੇ ਕੋਈ ਮਰ ਗਿਆ ਫਿਰ ਬਈ ਤਾਂ ਵੀ ਆਨੰਦ ਸਾਹਿਬ ਪੜ੍ਹੋ। ਉਹ ਬਾਣੀ ਅੰਦਰ ਆਨੰਦ ਦਾ ਮਾਨਾ ਕੀ ਹੈ ਇਹ ਜਾਣਨਾ ਤੁਹਾਨੂੰ ਤੁਹਾਡੀ ਪਰੰਪਰਾ ਨਾਲ ਜੋੜੇਗਾ। ਉਹਨੂੰ ਮੰਨਣਾ ਨਾ ਮੰਨਣਾ ਤੁਹਾਡੀ ਖੁਸ਼ੀ ਹੈ, ਪਰ ਤੁਹਾਨੂੰ ਇਹ ਪਤਾ ਹੋਵੇ ਕਿ ਤੁਸੀਂ ਹੋ ਕੌਣ, ਤੁਹਾਡਾ ਇਸ ਮਿੱਟੀ ਨਾਲ, ਇਸ ਇਤਿਹਾਸ ਨਾਲ, ਇਸ ਬੋਲੀ ਨਾਲ, ਇਹਨਾਂ ਅੱਖਰਾਂ ਨਾਲ ਕੀ ਰਿਸ਼ਤਾ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਸਾਰੀ ਦੁਨੀਆ ਘੁੰਮੀ ਉਦੋਂ ਸਭ ਤੋਂ ਵੱਧ ਅੱਖਰ ਚੱਲਦੇ ਸੀ ਅਰਬੀ ਵਾਲੇ, ਇੱਥੇ ਮੁਗਲਾਂ ਦਾ ਰਾਜ ਸੀ, ਉਦੋਂ ਤੁਰਕਾਂ ਦਾ ਰਾਜ ਸੀ। ਲਗਭਗ ਦੁਨੀਆ ਦੀ ਅੱਧੋਂ ਬਹੁਤੀ ਆਬਾਦੀ ਮੁਗਲਾਂ ਦੇ ਅਧੀਨ ਸੀ, ਅਰਬੀ ਅੱਖਰਾਂ ਦੇ ਅਧੀਨ ਸੀ। ਪਰ ਗੁਰੂ ਸਾਹਿਬ ਨੇ ਸਾਨੂੰ ਸੁਨੇਹਾ ਦੇਣ ਲਈ ਆਪਣੇ ਅੱਖਰ ਵਰਤੇ, ਉਹਨਾਂ ਦੇ ਨਹੀਂ ਵਰਤੇ। ਦੂਜਾ, ਸਾਡੇ ਦਾਦੇ ਪੜਦਾਦੇ ਲੜੇ, ਅੰਗਰੇਜ਼ਾਂ ਨੇ ਇੱਥੇ ਰਾਜ ਆਇਆ ਸੀ, ਉਦੋਂ ਉਹਨਾਂ ਦੇ ਅੱਖਰ ਦੁਨੀਆ ਦੇ ਬਹੁਤ ਵੱਡੇ ਹਿੱਸੇ 'ਤੇ ਚੱਲਦੇ ਸੀ। ਅੱਜ ਇੱਕ ਭੁਲੇਖਾ ਵੀ ਚੱਲਦੇ ਨੇ, ਨਹੀਂ ਚੱਲਦੇ, ਪਰ ਉਦੋਂ ਚੱਲਦੇ ਸਨ। ਪਰ ਸਾਡਿਆਂ ਪੁਰਖਿਆਂ ਨੇ ਉਹਨਾਂ ਦੇ ਅੱਖਰ ਨਹੀਂ ਮੰਨੇ, ਸ਼ਬਦ ਮੰਨ ਲਏ, ਤਾਂ ਪਰੰਪਰਾ ਨੂੰ ਫਰਕ ਪੈ ਗਿਆ ਕਿ ਸੋਨਾ ਕੌਣ, ਕਿ ਆਨੰਦ ਕਾਹਦੇ 'ਚ। ਜਦੋਂ ਪੰਜਾਬ ਦੀ ਸਰਕਾਰ ਨੇ ਸਕੂਲਾਂ ਦੇ ਵਿੱਚ ਪਹਿਲੀ ਤੋਂ ਅੰਗਰੇਜ਼ੀ ਲਾਗੂ ਕਰਤੀ, ਉਦੋਂ ਹੋਰ ਫਰਕ ਪੈ ਗਿਆ। ਤਾਂ ਤੁਹਾਡੇ ਸਾਹਮਣੇ ਸਹੀ ਅਰਥਾਂ ਦੇ ਵਿੱਚ ਆਨੰਦ ਦਾ, ਨਜ਼ਾਰੇ ਦਾ, ਜ਼ਿੰਦਗੀ ਦਾ ਜਿਹੜਾ ਮਾਨਾ ਹੈ ਉਹ ਇਸ ਕਰਕੇ ਦੂਰ ਹੋ ਗਿਆ ਕਿ ਤੁਹਾਡਾ ਤੁਹਾਡਿਆਂ ਅੱਖਰਾਂ ਨਾਲ, ਤੁਹਾਡਿਆਂ ਸ਼ਬਦਾਂ ਨਾਲ ਸੰਬੰਧ ਨਹੀਂ ਰਿਹਾ। ਜੇ ਬਹੁਤ ਛੋਟਾ ਜਿਹਾ ਇੱਕ ਪਰਖਣਾ ਹੋਵੇ, ਤੁਹਾਡੇ 'ਚੋਂ ਕਿੰਨੇ ਆਪਦੀ ਮਾਂ ਨੂੰ ਮਾਂ ਕਹਿੰਦੇ ਨੇ ਜਾਂ ਅੰਮਾ ਕਹਿੰਦੇ ਨੇ, ਪੰਜਾਬੀ 'ਚ ਕੀ ਕਹਿੰਦੇ ਨੇ, ਸਾਰੇ ਮੁੰਡੇ ਕੁੜੀਆਂ 'ਚੋਂ ਕਿੰਨੇ ਨੇ ਜਿਹੜੇ ਆਪਣੇ ਮਾਂ ਬਾਪ ਨੂੰ ਪੰਜਾਬੀ 'ਚ ਬੁਲਾਉਂਦੇ ਨੇ। ਚਲੋ 5-4 ਹੱਥ ਖੜ੍ਹੇ ਨੇ, ਥੋੜ੍ਹੀ ਮੋਟੀ ਇੱਜ਼ਤ ਹੈ, ਠੀਕ ਹੈ ਜੀ। ਪਰ ਵੱਡਾ ਹਿੱਸਾ ਆਪਦੀਆਂ ਭੈਣਾਂ ਨੂੰ, ਆਪਦੀਆਂ ਮਾਵਾਂ ਨੂੰ, ਅਤੇ ਮਾਵਾਂ ਭੈਣਾਂ ਆਪਦੇ ਭਰਾਵਾਂ ਪੁੱਤਰਾਂ ਨੂੰ ਕਿਹੜੇ ਸ਼ਬਦ ਨਾਲ ਬੁਲਾਉਂਦੀਆਂ ਨੇ, ਇਹ ਪਰੰਪਰਾ ਤੈਅ ਕਰਦਾ। ਤੁਹਾਡੇ, ਮੈਂ ਇਸ ਸ਼ਹਿਰ ਦੇ ਅੰਦਰ 2003 'ਚ ਆਇਆ, ਇੱਕ ਮੁੰਡੇ ਨੂੰ ਪੁੱਛਿਆ ਕੁਦਰਤੀ, ਉਹਨੇ ਪੁੱਛਿਆ ਵੀ ਤੇਰਾ ਬਾਪੂ, ਕਹਿੰਦਾ ਫਾਦਰ ਸਾਹਿਬ ਨਾ ਐਕਸਪਾਇਰ ਹੋ ਗਏ। ਫਾਦਰ ਐਕਸਪਾਇਰ, ਰਿਸ਼ਤਾ ਕੀ ਹੈ? ਤੁਹਾਡੀ ਪਰੰਪਰਾ ਇਸੇ ਗੱਲ ਤੋਂ ਤੈਅ ਹੁੰਦੀ ਕਿ ਤੁਹਾਡਿਆਂ ਰਿਸ਼ਤਿਆਂ ਦਾ ਨਾਂ ਕੀ ਹੈ। ਅੱਜ ਵੀ ਤੁਸੀਂ ਦੇਖਿਓ, ਜਿਹੜੇ ਭੈਣ ਭਰਾ ਪੜ੍ਹਦੇ ਨੇ ਇੱਥੇ, ਜੇ ਭਰਾ ਭੈਣ ਨੂੰ ਕਵੇ, ਕਿਸੇ ਨੂੰ ਮਿਲਾਵੇ, ਕੀ ਕਹਿੰਦਾ? ਸਿਸਟਰ। ਕੁੜੀਆਂ ਕੀ ਕਹਿੰਦੀਆਂ? ਮੇਰਾ ਬਰਾਦਰ ਹੈ। ਨਹੀਂ, ਮੈਂ ਮਜ਼ਾਕ ਨਹੀਂ ਕਰ ਰਿਹਾ, ਤੁਸੀਂ ਵੇਖ ਲਿਓ ਇਹ ਗੱਲ। ਤੁਹਾਡੀ ਪਰੰਪਰਾ ਤੁਹਾਡੇ ਅੰਦਰ ਕਿੰਨੀ ਵਸੀ ਹੈ, ਤੁਹਾਡੀ ਪਰੰਪਰਾ ਤੁਹਾਡੇ ਅੰਦਰ ਕਿੰਨੀ ਵਸੀ ਹੈ, ਉਹ ਤੁਹਾਡਿਆਂ ਸ਼ਬਦਾਂ 'ਚੋਂ ਬਾਹਰ ਆਉਂਦੀ ਹੈ ਫੁੱਟ ਫੁੱਟ ਕੇ।
ਜਿੰਨੀ ਤੁਸੀਂ ਗਾਲ ਪਿਆਰ 'ਚ ਕੱਢਦੇ ਹੋ ਇੱਕ ਦੂਜੇ ਨੂੰ, ਉਹ ਪਿਆਰ ਨਹੀਂ ਹੈ ਜੀ, ਕਮਜ਼ੋਰੀ ਹੈ। ਜਿੰਨਾ ਕੋਈ ਬੰਦਾ ਆਪਣੇ ਅੰਦਰ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕਦਾ, ਉਹ ਓਨੀ ਵੱਧ ਗਾਲ ਵਾਹੁੰਦਾ, ਉਹ ਜੋ ਮਰਜ਼ੀ ਹੋਵੇ। ਇਹ ਦੁਨੀਆਂ ਦੇ ਵਿੱਚ ਮੰਨਿਆ ਹੋਇਆ ਸੱਚ ਹੈ ਕਿ ਜਿੰਨੇ ਲੋਕ ਇਮੋਸ਼ਨਲੀ ਵੀਕ ਨੇ, ਇਮੋਸ਼ਨਲੀ ਸਟ੍ਰੈਸਡ ਨੇ, ਜਿਨ੍ਹਾਂ ਦੇ ਉੱਤੇ ਦਬਾਅ ਹੈ ਕਿਸੇ ਤਰ੍ਹਾਂ ਦਾ, ਉਹ ਓਨੀਆਂ ਵੱਧ ਗਾਲਾਂ ਕੱਢਦੇ ਨੇ। ਲੱਗਦਾ ਕਿ ਪਿਆਰ 'ਚ ਕੱਢਦੇ ਨੇ, ਗਾਲਾਂ ਪਿਆਰ ਨਹੀਂ ਹੁੰਦੀਆਂ ਜੀ, ਪਿਆਰ ਦਾ ਖਾਲੀਪਣ ਹੁੰਦੀਆਂ ਨੇ, ਪਿਆਰ ਦੀ ਘਾਟ 'ਚੋਂ ਗਾਲਾਂ ਨਿਕਲਦੀਆਂ ਨੇ। ਜਿਸ ਪਿਆਰੇ ਸੋ ਨੇਹੋ ਤਿਸ ਆਗਾ ਮਰ ਚੱਲੀ ਹੈ, ਬੰਦਾ ਉਹਦੀ ਖਾਤਰ ਮਰਦਾ ਨਾ ਕਿ ਉਹਨੂੰ ਗਾਲਾਂ ਕੱਢਦਾ। ਗਾਲਾਂ ਕੱਢਣ 'ਚ ਲੋਕ ਸਵਾਦ ਲੈਣ ਲੱਗ ਗਏ, ਗੀਤਾਂ ਦਾ ਨਾਂ ਗਾਲਾਂ ਨੇ ਅੱਜ ਕੱਲ੍ਹ। ਮੈਂ ਕਿਸੇ ਦਾ ਇੱਕ ਦਫ਼ਤਰ ਦੇ ਵਿੱਚ ਗਿਆ, ਉਹ ਦਫ਼ਤਰ 'ਚ ਕੰਮ ਕਰਦੀ ਬੀਬੀ ਨੇ ਸਾਨੂੰ ਦੱਸਿਆ ਵੀ ਉਹਨੇ ਫਿਲਮ 'ਚ ਕੰਮ ਕੀਤਾ, ਉਹਨੂੰ ਬਹੁਤ ਖੁਸ਼ੀ ਸੀ। ਜਦੋਂ ਫਿਲਮ ਦਾ ਨਾਂ ਦੇਖਿਆ ਤਾਂ ਗਾਲ 'ਚ, ਫਿਲਮ ਦਾ ਨਾਂ ਗਾਲ ਸੀ। ਚੱਕਰ ਕੀ ਹੋ ਗਿਆ ਕਿ ਬਹੁਤੇ ਲੋਕਾਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ, ਪਤਾ ਨਹੀਂ ਲੱਗਦਾ ਗਾਲ ਹੈ ਕਿ ਸ਼ਾਬਾਸ਼ ਹੈ। ਸਾਡੇ ਗੁਰੂ ਘਰਾਂ 'ਚੋਂ ਜਾਂ ਅਧਿਆਪਕ ਜਵਾਕਾਂ ਨੂੰ ਕਹਿੰਦੇ ਨੇ ਕਿ ਜਵਾਕਾਂ ਨੂੰ ਧਰਮ ਦੀ ਸਿੱਖਿਆ ਦਿਓ, ਪਰ ਭਾਈ ਉਦੋਂ ਪਹਿਲਾਂ ਉਹਨਾਂ ਨੂੰ ਬੋਲੀ ਸਿਖਾ ਲਓ ਆਪਦੀ। ਜਿਹਨੂੰ ਪੰਜਾਬੀ ਦੇ ਸ਼ਬਦ ਨਹੀਂ ਆਉਂਦੇ, ਹੈ ਨਾ, ਜਿਹਨੂੰ ਸ਼ਬਦ ਆਨੰਦ ਵੀ ਨਹੀਂ ਆਉਂਦਾ ਪਤਾ, ਉਹਨੇ ਨਜ਼ਾਰੇ ਦੀ ਥਾਂ 'ਤੇ ਕੁਛ ਹੋਰ ਲੈ ਜਾਣਾ, ਹੈ ਨਾ, ਵੀ ਆਹ ਚੀਜ਼ ਦਾ ਟੇਸਟ ਬਹੁਤ ਵਧੀਆ, ਫਲਾਣੇ ਨੇ ਸਾਨੂੰ ਬੋਰ ਕਰਤਾ। ਜਿਹੜੇ ਸ਼ਬਦ ਤੁਸੀਂ ਵਰਤਦੇ ਹੋ, ਕਿਵੇਂ ਵਰਤਦੇ ਹੋ, ਇਕੱਲਾ ਇਹ ਨਹੀਂ ਕਿ ਵਧੀਆ ਸ਼ਬਦ ਵਰਤੋ, ਮਸਲਾ ਇਹ ਵੀ ਹੈ ਚੁਗਲੀ ਵਜੋਂ ਵਰਤਦੇ ਹੋ, ਕਿਸ ਤਰੀਕੇ ਨਾਲ ਵਰਤ ਰਹੇ ਹੋ। ਸਾਡੇ ਕੋਲ ਜਿੰਨੀ ਵੀ ਜਾਣਕਾਰੀ ਹੈ, ਜੋ ਵੀ ਭਾਵਨਾ ਹੈ, ਉਹ ਪ੍ਰਗਟ ਵੀ ਕਿਵੇਂ ਕਰਦੇ ਹਾਂ, ਉਹ ਤਰੀਕੇ ਦਾ ਫਰਕ ਪੈਂਦਾ। ਸਾਡੇ ਪਿੱਛੇ ਆਪਣੇ ਧੀਆਂ ਪੁੱਤਾਂ ਨੂੰ ਪੜ੍ਹਾਉਣ ਦਾ ਜਿਹੜਾ ਤਰੀਕਾ ਸੀ, ਅੰਗਰੇਜ਼ਾਂ ਨੇ ਰਾਜ ਖੋਣ ਤੋਂ ਬਾਅਦ ਦੋ ਕੰਮ ਕੀਤੇ ਸੀ, ਯਾਦ ਰੱਖਿਓ ਇਹ ਗੱਲ। ਪਹਿਲਾ, ਲਾਹੌਰ ਦੇ ਬਾਹਰਲੇ ਪਾਸੇ ਅੰਗਰੇਜ਼ੀ ਸਕੂਲ ਖੋਲ੍ਹਿਆ ਕਿ ਜਿਹੜਾ ਪੜ੍ਹਨ ਆਊਗਾ ਉਹਨੂੰ ਆਨਾ ਦੇਵਾਂਗੇ, ਅੰਗਰੇਜ਼ੀ ਪੜ੍ਹਨ ਦਾ ਆਨਾ ਦਿੰਦੇ ਸੀ ਜੀ। ਉਹ ਐਸੀ ਚਾਰਟ ਲਾਈ, ਅੱਜ ਲੱਖਾਂ ਦੇ ਕੇ ਉਹਨਾਂ ਦੇ ਮੁਲਕ ਜਾਂਦੇ ਹਾਂ, ਨਜ਼ਾਰਾ ਕਾਹਦੇ 'ਚ ਹੈ, ਆਨੰਦ ਕਾਹਦੇ 'ਚ ਹੈ, ਸੋਹਣਾ ਕੀ ਹੈ, ਵਧੀਆ ਕੀ ਹੈ, ਸੌਖ ਕੀ ਹੈ, ਇਹ ਸਿੱਖਿਆ ਰਾਹੀਂ ਮਨੁੱਖ ਦੇ ਮਨ ਅੰਦਰ ਪਾਈ ਜਾਂਦੀ ਹੈ। ਜਦੋਂ ਗੁਰੂ ਸਾਹਿਬ ਨੇ ਆ ਕੇ ਸ਼ਬਦ ਗੁਰੂ ਕਿਹਾ, ਉਹਨਾਂ ਨੇ ਵੀ ਇਹੀ ਕਿਹਾ। ਇੱਥੇ ਗੁਰੂ ਸਾਹਿਬ ਤੋਂ ਪਹਿਲਾਂ ਇੱਥੇ ਬੋਧੀਆਂ ਦਾ ਬੋਲਬਾਲਾ ਸੀ, ਸਾਰੇ ਕਿਤੇ ਵੱਡੇ ਡੇਰੇ ਸਨ, ਉਹਨਾਂ ਨੇ ਹਜ਼ਾਰਾਂ ਗ੍ਰੰਥ ਲਿਖੇ ਕਿ ਸੰਸਾਰ ਦੁੱਖਾਂ ਦਾ ਘਰ ਹੈ, ਦੁੱਖਾਂ ਦਾ ਕਾਰਨ ਤ੍ਰਿਸ਼ਨਾ ਹੈ। ਗੁਰੂ ਸਾਹਿਬ ਨੇ ਆ ਕੇ ਇੱਕ ਪੰਕਤੀ ਕਹੀ ਕਿ ਦੁੱਖ ਦਾਰੂ ਸੁੱਖ ਰੋਗ ਪਿਆ, ਨਜ਼ਾਰੇ ਦਾ ਸੁੱਖ ਦਾ ਅਰਥ ਬਦਲ ਗਿਆ। ਹੁਣ ਸਾਡੇ ਇੱਥੇ ਜਿਹੜੇ ਬਿਲਕੁਲ ਦੇਸੀ ਬੰਦੇ ਵੀ ਨੇ,
ਉਹ ਕੁੜੀਆਂ ਨੂੰ ਰਾਤ ਨੂੰ ਹੱਟ 'ਤੇ ਨਹੀਂ ਭੇਜਦੇ, ਉਹੀ ਆਪਣੀਆਂ ਕੁੜੀਆਂ ਨੂੰ ਜਹਾਜ਼ ਚੜ੍ਹਾ ਦਿੰਦੇ ਆ। ਇੱਦਾਂ ਹੀ ਹੈ ਨਾ ਜੀ, ਵੀ 12ਵੀਂ ਤੀਕਰ ਨਾ ਨਾ ਪੁੱਤ, ਹਨੇਰਾ ਇਕੱਲੀ ਨਾ ਜਾ। ਆਈਲੈਟਸ ਕਰਕੇ ਤੋੜਤਾ ਵੀ ਪਤਾ ਨਹੀਂ ਆਈਲੈਟਸ ਕਹੀ ਬ੍ਰਹਮਸਤਰ ਆ ਵੀ ਜਿਹੜਾ ਸਾਰੇ ਦੁੱਖਾਂ ਦਾ ਦਾਰੂ ਆ ਕਿਤੇ, ਕਿਉਂਕਿ ਮਨ 'ਚ ਵੱਸ ਗਿਆ ਵੀ ਉੱਥੇ ਬਹੁਤ ਉਹ ਹੈ। ਮੈਂ ਇੱਕ ਦੋ ਬੰਦਿਆਂ ਨੂੰ ਕਿਹਾ, ਮੈਂ ਕੁਛ ਥਾਵਾਂ 'ਤੇ ਬੋਲਿਆ, ਲੋਕ ਮੇਰੇ ਨਾਲ ਲੜ ਪਏ ਫੋਨ ਕਰਕੇ ਕਿ ਬਾਈ ਤੂੰ ਝੂਠ ਬੋਲਦਾ। ਮੈਂ ਕਿਹਾ ਵੀ ਕੈਨੇਡਾ ਦੀ ਸਰਕਾਰ ਕਹਿੰਦੀ ਹੈ ਕਿ ਸਾਡੇ ਇੰਨਾ ਕੈਂਸਰ ਹੈ। ਕਹਿੰਦਾ ਨਹੀਂ ਹੈਗਾ ਇੱਥੇ। ਉਹਨੂੰ ਮੈਂ ਭੇਜਿਆ ਵੀ ਵੀਰੇ ਆਹ ਪੜ੍ਹ ਲਾ ਕਿ ਰੋਜ਼ ਇੰਨੇ ਬੰਦੇ ਕੈਂਸਰ ਨਾਲ ਮਰਦੇ ਕੈਨੇਡਾ 'ਚ, ਇੰਨੇ ਲੋਕ ਗਰਮੀ ਲੱਗ ਕੇ ਮਰਦੇ ਆ ਉੱਥੇ, ਇੰਨਿਆਂ ਨੂੰ ਹਾਰਟ ਅਟੈਕ ਆਉਂਦਾ, ਵੀ ਪੰਜਾਬ 'ਚ ਬਹੁਤ ਗੈਂਗ ਚੱਲਦੇ ਨੇ, ਉੱਥੇ ਕਿੰਨੇ ਚੱਲਦੇ ਨੇ ਉਹ ਵੀ ਦੇਖਣ ਵਾਲੀ ਗੱਲ ਹੈ। ਸਰਕਾਰ ਕਹਿੰਦੀ ਹੈ ਵੀ 2002 ਤੀਕਰ ਉੱਥੇ 250 ਗੈਂਗ ਸੀਗਾ, ਹੁਣ ਕਿੰਨੇ ਹੋ ਗਏ ਜੀ? 900 ਤੋਂ ਵੱਧ ਹੋ ਗਏ। ਇੰਨੀ ਸ਼ਾਂਤੀ ਆ ਉੱਥੇ, ਤੁਸੀਂ ਵੇਖ ਸਕਦੇ ਹੋ ਠੁੰਗਾ ਮਾਰ ਕੇ ਕਿ ਬਿਮਾਰੀ ਕਿੰਨੀ ਹੈ, ਨਸ਼ਾ ਕਿੰਨਾ ਹੈ, ਲੜਾਈ ਕਿੰਨੀ ਹੈ, ਭੁੱਖਮਰੀ ਪਤਾ ਕਿੰਨੀ ਹੈ। ਉੱਥੇ ਫੂਡ ਬੈਂਕ ਦਾ ਇੱਕ ਬੰਦਾ ਸੀ, ਉਹ ਅਸਤੀਫਾ ਦੇ ਗਿਆ, ਕਹਿੰਦਾ ਲੋਕ ਮੰਗਣ ਵਾਲੇ ਇੰਨੇ ਆਉਂਦੇ ਆ, ਉਹਨੇ ਦੇਣ ਵਾਲੇ ਤਾਂ ਆਉਂਦੇ ਨਹੀਂ। ਹੁਣ ਸਰਕਾਰ ਨੇ ਖਬਰ ਛਾਪੀ ਹੈ ਕਿ ਜਦੋਂ ਭਾਅ ਵੱਧ ਗਏ ਲੋਕਾਂ ਨੇ ਇੱਕ ਡੰਗ ਦੀ ਰੋਟੀ ਛੱਡਤੀ ਕੈਨੇਡਾ 'ਚ। ਅਮਰੀਕਾ ਦਾ ਪੜ੍ਹ ਕੇ ਦੇਖਿਓ, ਆਪਣੇ ਕੋਲੋਂ ਕੋਈ ਗੱਲ ਨਹੀਂ ਤੁਹਾਨੂੰ ਮੈਂ ਕਹਿੰਦਾ, ਨੈੱਟ 'ਤੇ ਸਰਚ ਕਰ ਲਿਓ, ਸਰਕਾਰਾਂ ਦੇ ਆਪਦੇ ਅੰਕੜੇ ਨੇ ਕੈਨੇਡਾ ਅਮਰੀਕਾ ਦੇ, ਇੰਗਲੈਂਡ ਦੇ, ਆਸਟ੍ਰੇਲੀਆ ਦੇ, ਪੜ੍ਹ ਕੇ ਦੇਖਿਓ। ਇੱਥੇ ਸਾਡੇ ਜੋ ਹੈ ਅਸੀਂ ਉਹਨੂੰ ਕਿਵੇਂ ਵੇਖਦੇ ਹਾਂ, ਉੱਥੇ ਜੋ ਹੈ ਉਹਨੂੰ ਕਿਵੇਂ ਵੇਖਦੇ ਹਾਂ, ਇਹ ਵੇਖਣ ਦੇ ਵਿੱਚ ਫਰਕ ਹੈ। ਪਿਛਲੇ 1000 ਸਾਲ ਦੇ ਵਿੱਚ ਦੋ ਹਕੂਮਤਾਂ ਨੇ ਸਾਡੇ ਲੋਕਾਂ ਨੂੰ ਕੁੱਟਿਆ, ਇੱਕ ਮੁਗਲ ਸੀਗੇ, ਇੱਕ ਅੰਗਰੇਜ਼ ਸੀਗੇ, ਅਤੇ ਸਾਡੇ ਲੋਕ ਰੁਜ਼ਗਾਰ ਖਾਤਰ ਦੋਨੇ ਮੁਲਕਾਂ ਜਾਂਦੇ ਨੇ, ਇੱਕ ਮੁਗਲਾਂ ਦਿਆਂ 'ਚ, ਇੱਕ ਅੰਗਰੇਜ਼ਾਂ ਦਿਆਂ 'ਚ। ਗੱਲ ਸਮਝ ਆਉਂਦੀ ਹੈ? ਮੁਗਲਾਂ ਨੇ 500-700 ਸਾਲ ਸਾਡੇ 'ਤੇ ਰਾਜ ਕੀਤਾ, ਇੱਥੇ ਸਾਡੇ ਬੰਦੇ ਕਿੱਥੇ ਜਾਂਦੇ ਨੇ? ਆਬੂ ਧਾਬੀ, ਦੋਹਾ, ਕਤਰ, ਜਿਹੜੇ ਇੰਗਲੈਂਡ ਨਹੀਂ ਜਾ ਸਕਦੇ। ਸਾਡਿਆਂ ਬੰਦਿਆਂ ਨੂੰ ਗੋਰਿਆਂ ਦੇ ਮੁਲਕਾਂ 'ਚ ਰੁਜ਼ਗਾਰ ਲੱਭਦਾ ਹੈ, ਪੰਜਾਂ ਮੁਲਕਾਂ 'ਚ ਜਿਨ੍ਹਾਂ ਦੀ ਮਾਂ ਬੋਲੀ ਅੰਗਰੇਜ਼ੀ ਹੈ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਇੰਗਲੈਂਡ। ਸਿੱਧਾ ਸੰਬੰਧ ਇਹ ਹੈ ਕਿ ਸਾਡੀ ਜ਼ਿੰਦਗੀ ਦਾ ਮਾਣਾ, ਸਾਡੇ ਆਨੰਦ ਦਾ ਮਾਣਾ ਪਹਿਲਾਂ ਮੁਗਲਾਂ ਨੇ ਤੈਅ ਕੀਤਾ, ਫਿਰ ਗੋਰਿਆਂ ਨੇ ਤੈਅ ਕੀਤਾ, ਅੱਜ ਫਿਰ ਹੋਰ ਬੰਦੇ ਤੈਅ ਕਰ ਰਹੇ ਨੇ। ਤੁਸੀਂ ਪੜ੍ਹਾਕੂ ਹੋ, ਤੁਸੀਂ ਨੌਜਵਾਨ ਹੋ, ਦੋਨੇ ਤਰੀਕਿਆਂ ਨਾਲ ਤੁਸੀਂ ਇਸ ਥਾਂ ਦੇ ਵਾਰਸ ਹੋ। ਆਪਦੀ ਪਿਓ ਦੀ ਜਾਇਦਾਦ ਦੇ ਤਾਂ ਹੋ ਹੀ ਹੋ, ਇਸ ਧਰਤੀ ਦੀ ਜਾਇਦਾਦ ਦੇ ਵਾਰਸ ਹੋ। ਉਸ ਹਿਸਾਬ ਨਾਲ ਘੱਟੋ ਘੱਟ ਇਹ ਜ਼ਰੂਰ ਜਾਣ ਜਾਓ ਕਿ ਤੁਹਾਡੀ ਪਰੰਪਰਾ 'ਚ ਤੁਹਾਡੇ ਕੋਲ ਕੀ ਸੀ। ਜੇ ਕੋਈ ਆਪਦੀ ਜ਼ਮੀਨ ਵੇਚਣੀ ਵੀ ਚਾਹੁੰਦਾ ਹੈ, ਉਹਨੂੰ ਇਹ ਜ਼ਰੂਰ ਪਤਾ ਹੋਵੇ ਕਿ ਇਹ ਜ਼ਮੀਨ 'ਚ ਉੱਗਦਾ ਕੀ ਹੈ, ਇਹਦੀ ਕਿੰਨੀ ਕੀਮਤ ਹੋ ਸਕਦੀ ਹੈ। ਇਸੇ ਤਰੀਕੇ ਨਾਲ ਤੁਹਾਨੂੰ ਆਪਣੀ ਵਿਰਾਸਤ ਦਾ ਜ਼ਰੂਰ ਪਤਾ ਹੋਵੇ ਕਿ ਇਹਦੇ 'ਚ ਕੀ ਹੈ। ਜਦੋਂ ਬੰਦੇ ਗੇੜਾ ਖਾ ਕੇ ਪੁੱਛਦੇ ਆ, ਮਿਸਾਲ ਵਜੋਂ ਸਾਡੇ ਪਹਿਲਾਂ ਜੋ ਲੋਕ ਇੱਥੇ ਜੋ ਕੰਮ ਕਰਦੇ ਸੀ ਉਹ ਪਹਿਲਾਂ ਛਡਵਾਇਆ ਗਿਆ। ਇੱਕ ਮਿਸਾਲ ਦਿੰਦਾ, ਤੁਹਾਡੇ ਸ਼ਾਇਦ ਕਿਸੇ ਨੂੰ ਪਤਾ ਹੋਵੇ, ਇਹ ਸਰਦਾਰ ਸਾਹਿਬ ਬੈਠੇ ਨੇ, ਪਹਿਲਾਂ ਚਾਹ
ਡਾਕਟਰਾਂ ਨੇ ਲੋਕਾਂ ਨੂੰ ਦਵਾਈ ਵਜੋਂ ਰਿਕਮੈਂਡ ਕੀਤੀ। 1915-20 ਦੀਆਂ ਮਸ਼ਹੂਰੀਆਂ ਕੱਢ ਕੇ ਦੇਖੋ, ਕੋਕਾ ਕੋਲਾ ਦੀਆਂ ਬ੍ਰੇਨ ਟੋਨਿਕ, 1960 ਦੀਆਂ ਮਸ਼ਹੂਰੀਆਂ ਕੱਢੋ ਅਮਰੀਕਾ ਦੀਆਂ ਸਿਗਰਟਾਂ ਦੀ ਮਸ਼ਹੂਰੀ, ਕਿ ਜਿਹੜੇ ਘੈਂਟ ਡਾਕਟਰ ਹੁੰਦੇ ਨੇ ਉਹ ਸਿਗਰਟਾਂ ਪੀਂਦੇ ਹੁੰਦੇ ਨੇ। ਮੈਂ ਮਜ਼ਾਕ ਨਹੀਂ ਕਰ ਰਿਹਾ ਕਿ ਦੁਨੀਆ ਦੇ ਵਿੱਚ ਰਾਜ ਸੱਤਾ ਤੁਹਾਡੇ ਡਰ ਨੂੰ, ਵਪਾਰ ਸੱਤਾ ਤੁਹਾਡੇ ਲਾਲਚ ਨੂੰ ਵਧਾ ਕੇ ਤੁਹਾਡੀ ਜ਼ਿੰਦਗੀ ਦੇ ਮਾਣੇ ਕਿਵੇਂ ਤੈਅ ਕਰਦੀ ਹੈ, ਇਹ ਵੇਖਣ ਵਾਲੀ ਗੱਲ ਹੈ। ਸਿੱਖਾਂ ਸਮੇਤ ਸਾਰੀ ਦੁਨੀਆ ਦੇ ਲੋਕਾਂ ਨੂੰ ਇਹ ਸਮਝਾਇਆ ਜਾ ਰਿਹਾ ਕਿ ਤੁਹਾਡਾ ਇਤਿਹਾਸ ਫਿਲਮਾਂ ਰਾਹੀਂ ਪੇਸ਼ ਹੋਣਾ ਚਾਹੀਦਾ, ਫਿਰ ਤੁਹਾਡੇ ਬੱਚਿਆਂ ਨੂੰ ਸਮਝ ਲੱਗੇਗੀ। ਤੁਸੀਂ ਵੇਖਿਆ ਹੋਣਾ ਪਿਛਲੇ 15 ਸਾਲਾਂ ਤੋਂ ਬਹੁਤ ਜ਼ੋਰ ਲਾ ਰਹੇ ਲੋਕ ਕਿ ਗੁਰੂ ਘਰਾਂ 'ਚ ਕੌਣ ਸਿਖਾਉਂਦਾ ਜੀ, ਗ੍ਰੰਥੀਆਂ ਭਾਈਆਂ ਨੂੰ ਕੁਛ ਨਹੀਂ ਆਉਂਦਾ ਜੀ, ਮੁੰਡੇ ਗੁਰਦੁਆਰੇ ਜਾਂਦੇ ਨਹੀਂ ਹਨ ਜੀ, ਇਤਿਹਾਸ ਤਾਂ ਸਿਖਾਉਣਾ ਹੀ ਹੋਇਆ, ਚਲੋ ਬਣਾਓ ਫਿਲਮਾਂ। ਜਿਨ੍ਹਾਂ ਸ਼ਹੀਦਾਂ ਨੂੰ ਬੰਦਾ ਵੇਖਾ ਵੇਖੀ ਮੱਥਾ ਟੇਕ ਲੈਂਦਾ, ਜਦੋਂ ਉਹ ਹਾਸੇ ਠੱਠੇ ਦੇ ਪਾਤਰ ਬਣ ਗਏ, ਉਹ ਕਹਾਣੀ ਦੇ ਪਾਤਰ ਬਣ ਗਏ ਜੀ, ਰਹਿੰਦੀ ਖੂੰਹਦੀ ਇੱਜ਼ਤ ਵੀ ਜਾਊਗੀ। ਵਪਾਰੀ ਨੇ, ਰਾਜੇ ਨੇ ਤੁਹਾਡੀ ਪਰੰਪਰਾ ਨੂੰ ਕਿਉਂ ਵੱਡਾ ਕਰਨਾ ਜੀ? ਇਸ ਗੱਲ ਨੂੰ ਤੁਹਾਡੇ ਅੱਗੇ ਕਹਿਣ ਵਾਸਤੇ ਮੈਂ ਇੱਥੇ ਖੜ੍ਹਾ ਹੋਇਆ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਡੇ ਲਈ ਆਨੰਦ ਦਾ ਜੋ ਮਾਣਾ ਬੰਨਿਆ, ਉਹ ਗੁਰਬਾਣੀ ਅੰਦਰੋਂ ਤਾਂ ਸਮਝ ਪਏਗਾ, ਪਹਿਲਾਂ ਇਹ ਸਮਝ ਆ ਜੇ ਕਿ ਅੱਜ ਕਾਹਦੇ 'ਚ ਨਜ਼ਾਰਾ ਸਾਨੂੰ ਆ ਰਿਹਾ। ਸਾਡੀਆਂ ਕੁੜੀਆਂ ਨੂੰ ਆਪਦੇ ਕੇਸ ਕਟਾ ਕੇ ਜਾਂ ਉਹਨਾਂ ਨੂੰ ਪ੍ਰੈਸ ਲਾ ਕੇ ਕਿੰਨੀ ਖੁਸ਼ੀ ਮਿਲਦੀ ਹੈ, ਉਹ ਦੱਸ ਦਿੰਦਾ ਕਿ ਅਸੀਂ ਕਿਹਦਾ ਪਿੱਛਾ ਕਰ ਰਹੇ ਹਾਂ। ਸਾਡਿਆਂ ਧੀਆਂ ਪੁੱਤਾਂ ਨੂੰ ਕਿਹੜੇ ਕੱਪੜਿਆਂ 'ਚੋਂ, ਕਿਹੜੇ ਖਾਣਿਆਂ 'ਚੋਂ, ਕਿਹੜੇ ਗਾਣਿਆਂ 'ਚੋਂ ਸਵਾਦ ਆ ਰਿਹਾ। ਦੁਨੀਆ 'ਚ ਚਾਰ ਹੀ ਚੀਜ਼ਾਂ ਨੇ ਜੀ, ਬੰਦੇ ਦਾ ਪਹਿਰਾਵਾ, ਉਹਦਾ ਖਾਣਾ ਪੀਣਾ, ਉਹਦੀ ਬੋਲੀ, ਉਹਦਾ ਯਕੀਨ। ਜਿਹਦੇ ਸ਼ਬਦ ਬਦਲ ਜਾਂਦੇ ਨੇ ਉਹਦਾ ਵਿਚਾਰ ਵੀ ਬਦਲ ਜਾਂਦਾ, ਉਹਦਾ ਪਹਿਰਾਵਾ ਵੀ ਬਦਲੇਗਾ, ਉਹਦਾ ਖਾਣਾ ਪੀਣਾ ਵੀ ਬਦਲੇਗਾ। ਤੁਸੀਂ ਜੋ ਵੀ ਪਾ ਰਹੇ ਹੋ, ਜੋ ਖਾ ਰਹੇ ਹੋ, ਤੁਹਾਨੂੰ ਲੱਗਦਾ ਇਹੀ ਹੈ ਕਿ ਤੁਹਾਡੀ ਮਰਜ਼ੀ ਹੈ? ਨਾ ਜੀ, ਜਿਸ ਦਾ ਰਾਜ ਚੱਲਦਾ ਹੈ, ਬਾਣੀ ਦੀ ਇੱਕ ਪੰਕਤੀ ਹੈ, ਜਿਸ ਕਾ ਰਾਜ ਤਿਸੈ ਕਾ ਸੁਪਨਾ। ਅਗਲੇ ਤੁਹਾਡੇ ਗਿਆਨ ਦੇ ਉੱਤੇ, ਤੁਹਾਡੇ ਅੱਖਰਾਂ ਦੇ ਉੱਤੇ ਇੰਨਾ ਅਸਰ ਪਾਉਂਦੇ ਨੇ ਕਿ ਤੁਹਾਨੂੰ ਸੁਪਨੇ ਵੀ ਉਹਨਾਂ ਦੇ ਆਉਂਦੇ ਨੇ ਜਿਨ੍ਹਾਂ ਦਾ ਰਾਜ ਚੱਲਦਾ ਹੁੰਦਾ। ਰਾਜ ਰਾਜਨੀਤਿਕ ਗੱਦੀ ਵਾਲਾ ਰਾਜ ਨਹੀਂ, ਗਿਆਨ ਦਾ ਰਾਜ, ਸ਼ਬਦ ਗੁਰੂ ਦਾ ਰਾਜ, ਕਿ ਤੁਹਾਨੂੰ ਜ਼ਿੰਦਗੀ ਕਿਹਦੀਆਂ ਅੱਖਰਾਂ ਸਮਝ ਆਉਂਦੀ ਹੈ, ਤੁਹਾਨੂੰ ਜ਼ਿੰਦਗੀ ਕਿਹੜੀਆਂ ਅੱਖਰਾਂ ਸਮਝ ਆਉਂਦੀ ਹੈ। ਜੋ ਤੁਸੀਂ ਗਾਣਿਆਂ ਦੇ ਵਿੱਚ ਬੋਲ ਸੁਣਦੇ ਹੋ, ਜੋ ਤੁਸੀਂ ਬੋਲ ਬੋਲਦੇ ਹੋ, ਮਿਸਾਲ ਵਜੋਂ ਪੰਜਾਬ ਦੇ ਵਿੱਚ 1990 ਤੋਂ ਪਹਿਲਾਂ ਇੱਕ ਸੌਖਾ ਤਰੀਕਾ ਹੈ ਕਿ ਪਿੰਡਾਂ ਦੇ ਗੁਰਦੁਆਰਿਆਂ 'ਚ ਅੱਧਾ ਪੌਣਾ ਘੰਟਾ ਗੀਤ ਵੱਜਦੇ ਸੀ, ਧਾਰਮਿਕ ਵੱਜਦੇ ਸੀ। ਜਦੋਂ ਪਿੰਡਾਂ 'ਚ ਵਿਆਹ ਹੁੰਦਾ ਸੀਗਾ ਤਾਂ ਵਿਆਹ ਵਾਲੇ ਘਰ ਇੱਕ ਦੋ ਦਿਨ ਲੁੱਚੇ ਗੀਤ ਵੱਜਦੇ ਸੀ। ਹੁਣ ਕੀ ਹੋ ਗਿਆ? ਪੰਚਾਇਤਾਂ ਨੇ ਕਹਿਤਾ ਗੁਰਦੁਆਰੇ ਰੌਲਾ ਪਾਉਂਦੇ ਨੇ ਜੀ, ਉਹ ਬੰਦ ਕਰਾਤੇ, ਅਤੇ ਸਾਰਿਆਂ ਦੇ ਹੱਥਾਂ 'ਚ ਇਹ ਸੀਸੇ ਆ ਗਏ। ਹੁਣ ਗੁਰਦੁਆਰੇ 'ਚ ਅੱਧਾ ਘੰਟਾ ਵੱਜਣ ਦੀ ਥਾਂ 'ਤੇ
ਉਹ ਗੀਤ ਘੱਟ ਗਏ। ਜਿਹੜੇ ਇਹ ਗੀਤ ਸੀਗੇ ਉਹ ਹੁਣ ਸਾਰਾ ਦਿਨ ਵੱਜਦੇ ਨੇ। ਤਾਂ ਤੁਹਾਡੇ ਕੰਨਾਂ 'ਚ ਕਿਹੜਾ ਗਿਆਨ ਪੈ ਰਿਹਾ ਉਹ ਤੁਹਾਡੀ ਹਸਤੀ ਨੂੰ ਤੈਅ ਕਰ ਰਿਹਾ। ਜਿਹੜੀ ਤੁਸੀਂ ਖੁਰਾਕ ਖਾ ਰਹੇ ਹੋ, ਤੀਜੇ ਪਾਤਸ਼ਾਹ ਦਾ ਇੱਕ ਜਿਹੜਾ ਨਾਂ ਚੱਲਦਾ ਹੈ ਲੰਗਰ ਦੀ ਪਰੰਪਰਾ 'ਚ ਕਿ ਅਕਬਰ ਨੂੰ ਬਰਾਬਰ ਬਿਠਾਇਆ, ਉਹ ਤਾਂ ਬਹੁਤ ਵੱਡੀ ਗੱਲ ਹੈ, ਸਭ ਨੂੰ ਪਤਾ ਹੈ। ਇੱਕ ਸੂਖਮ ਨੁਕਤਾ ਕਿ ਜਿੰਨਾ ਲੰਗਰ ਵੱਜਦਾ ਸੀ ਉਹ ਤੀਜੇ ਪਾਤਸ਼ਾਹ ਦਰਿਆ 'ਚ ਰੋੜ ਦਿੰਦੇ ਸੀ। ਜਦੋਂ ਮੈਂ ਪੜ੍ਹਿਆ ਮੈਨੂੰ ਬੜਾ ਔਖਾ ਲੱਗਿਆ ਕਿ ਉਦੋਂ ਕਾਲ ਪੈਂਦੇ ਸੀ ਇਹ ਗੁਰੂ ਸਾਹਿਬ ਨੂੰ ਕੀ ਔੜੀ ਇਹ ਵੀ ਲੰਗਰ ਰੋੜ ਦਿੰਦੇ ਸੀ। ਬਾਅਦ ਸਮਝ ਪਿਆ ਕਿ ਬੇਹਾ ਅੰਨ ਖਾਧਿਆਂ ਬੰਦੇ ਦੀ ਮੱਤ ਵੱਜਦੀ ਏ। ਹੁਣ ਤੁਸੀਂ ਧਿਆਨ ਦੇ ਕੇ ਦੇਖੋ, ਜੋ ਤੁਸੀਂ ਬਾਜ਼ਾਰ 'ਚ ਖਾਂਦੇ ਹੋ ਜਿਹਦਾ ਨਾਂ ਧਰਿਆ ਫਾਸਟ ਫੂਡ, ਮਤਲਬ ਹੈ ਬੇਹਾ ਅੰਨ। ਨਾਂ ਧਰਨ ਦਾ ਵਿੱਚ ਬਹੁਤ ਫਰਕ ਹੈ। ਸ਼ਬਦ ਕਿਹਦਾ ਹੋਊਗਾ, ਜਿਹਨੂੰ ਸੋਸ਼ਲ ਮੀਡੀਆ ਕਹਿੰਦੇ ਹੋ ਹੈਗਾ ਐਂਟੀ ਸੋਸ਼ਲ, ਨੌਨ ਸੋਸ਼ਲ, ਨਾਂ ਕੀ ਧਰਿਆ ਸੋਸ਼ਲ ਮੀਡੀਆ। ਅੱਜ ਕੱਲ੍ਹ ਇੱਕ ਹੋਰ ਬਿਮਾਰੀ ਚੱਲੀ ਸਿੱਖਾਂ ਦੇ ਅੰਦਰ, ਜਿੰਨੇ ਪੁਰਾਣੇ ਗੁਰਦੁਆਰੇ ਆ ਸਭ ਨੂੰ ਢਾਈ ਜਾਂਦੇ ਆ, ਨਾਂ ਕੀ ਧਰਿਆ ਸੁੰਦਰੀਕਰਨ। ਤੁਹਾਡੇ ਅੱਗੇ ਨਾਂ ਹਮੇਸ਼ਾ ਪੁੱਠਾ ਆਉਂਦਾ ਕਿ ਨਵਾਂ ਜ਼ਮਾਨਾ ਆ ਗਿਆ। ਕਿੱਦਾਂ ਆ ਗਿਆ, ਜਿੱਦਾਂ ਅੰਗਰੇਜ਼ਾਂ ਨੇ ਸਾਡਾ ਰਾਜ ਖੋਲ੍ਹਿਆ, ਸਾਡੇ ਪੜਦਾਦਿਆਂ ਨੂੰ ਛਿੱਤਰ ਮਾਰੇ, ਸਾਨੂੰ ਪੜ੍ਹਾਇਆ, ਨਵਾਂ ਜ਼ਮਾਨਾ ਆ ਗਿਆ ਜੀ। ਨਾਂ ਹੋਰ ਧਰਿਆ ਹੁੰਦਾ, ਉਹਦੇ 'ਚ ਕੰਮ ਉਦੋਂ ਉਲਟਿਆ ਹੁੰਦਾ। ਜਿਹੜੀ ਨਵੀਂ ਐਜੂਕੇਸ਼ਨ ਆਉਂਦੀ ਹੈ ਉਹ ਤੁਹਾਨੂੰ ਹੋਰ ਮੂਰਖ ਬਣਾਉਣ ਵਾਸਤੇ ਆਉਂਦੀ ਹੁੰਦੀ ਆਮ ਤੌਰ 'ਤੇ, ਕਿ ਬੰਦੇ ਆਪਣੀ ਪਰੰਪਰਾ ਤੋਂ ਹੋਰ ਦੂਰ ਜਾਣ। ਸਾਰੇ ਕਿਤੇ ਇੱਕੋ ਹੀ ਮਸਲਾ ਹੈ। ਮੈਂ ਆਪਣੀ ਗੱਲ ਸੰਖੇਪ 'ਚ ਦੁਬਾਰੇ ਕਹਿੰਦਾ ਕਿ ਧਰਮ ਇਤਿਹਾਸ ਪੜ੍ਹਨ ਤੋਂ ਪਹਿਲਾਂ ਆਪਣਿਆਂ ਸ਼ਬਦਾਂ ਨੂੰ ਜਾਣਨਾ ਜ਼ਰੂਰੀ ਹੈ, ਜਿਨ੍ਹਾਂ ਰਾਹੀਂ ਉਹ ਪੜ੍ਹਿਆ ਜਾ ਸਕਦਾ ਹੈ। ਦੂਜਾ, ਕਿਹਦਾ ਲਿਖਿਆ ਪੜ੍ਹੋਗੇ ਇਹ ਵੀ ਯਾਦ ਰੱਖਿਓ। ਜਿਨ੍ਹਾਂ ਦੇ ਖਿਲਾਫ ਸਾਡੇ ਪੁਰਖੇ ਲੜੇ ਸੀ ਉਹਦਾ ਇਤਿਹਾਸ ਨਹੀਂ ਪੜ੍ਹਨਾ ਚਾਹੀਦਾ। ਰਾਜੇ ਪੋਰਸ ਨੇ ਕੀ ਕਰਿਆ ਸੀ, ਅਸੀਂ ਪੜ੍ਹਦੇ ਕਿਹਦਾ ਇਤਿਹਾਸ, ਸਿਕੰਦਰ ਦਾ ਲਿਖਿਆ, ਪੜ੍ਹਦੇ ਕਿਹਦਾ ਪੋਰਸ ਦਾ। ਇੱਥੋਂ ਦਾ ਰਾਜਾ ਸਾਡਾ ਜਿਹੜਾ ਬੰਦਾ ਸੀ ਉਹਦਾ ਇਤਿਹਾਸ ਪੜ੍ਹਦੇ ਹਾਂ, ਉਹਦਾ ਲਿਖਿਆ ਜਿਹਦੇ ਨਾਲ ਲੜਾਈ ਹੋਈ ਸੀ। ਗੁਰੂ ਸਾਹਿਬ ਦਾ ਇਤਿਹਾਸ ਕਿਹਦਾ ਲਿਖਿਆ ਪੜ੍ਹਦੇ ਹਾਂ, ਮੁਗਲਾਂ ਦਾ ਲਿਖਿਆ। ਗਦਰੀ ਬਾਬਿਆਂ ਦਾ, ਭਗਤ ਸਰਾਬਿਆਂ ਦਾ ਇਤਿਹਾਸ ਕਿਹਦਾ ਲਿਖਿਆ ਪੜ੍ਹਦੇ ਹਾਂ, ਰਣਜੀਤ ਸਿੰਘ ਦਾ ਇਤਿਹਾਸ ਅੰਗਰੇਜ਼ਾਂ ਦਾ ਲਿਖਿਆ। ਹੁਣ ਪੰਜਾਬ 'ਚ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਖਾੜਕੂ ਲਹਿਰ ਚੱਲੀ, ਇਤਿਹਾਸ ਕਿਹਨੇ ਲਿਖਿਆ ਜੀ, ਪੱਤਰਕਾਰਾਂ ਨੇ, ਦਿੱਲੀ ਵਾਲਿਆਂ ਨੇ। ਭਾਈ ਇੰਨੀ ਕੁ ਮਹੱਤਵ ਜ਼ਰੂਰ ਵਰਤਿਓ ਕਿ ਜਦੋਂ ਇਤਿਹਾਸ ਪੜ੍ਹੋਗੇ ਆਪਣਿਆਂ ਦਾ ਲਿਖਿਆ ਪੜ੍ਹਿਓ, ਉਹਨੂੰ ਪਹਿਲਾਂ ਆਪਣੀ ਬੋਲੀ ਪੜ੍ਹਿਓ। ਸੰਗੀਤ ਕਾਹਦੇ ਲਈ ਵਰਤਿਆ ਜਾਂਦਾ ਇਹ ਸਮਝ ਲਿਓ। ਤੁਹਾਨੂੰ ਸੋਹਣੇ ਲੱਗਣ ਦਾ ਅੰਦਾਜ਼ਾ ਕੱਪੜਿਆਂ ਦਾ, ਖਾਣੇ ਦਾ, ਬਾਣੇ ਦਾ, ਬੋਲੀ ਦਾ, ਜਿਹੜਾ ਜਿਹੜਾ ਮਨ ਨੂੰ ਸੌਖ ਮਹਿਸੂਸ ਹੋ ਰਹੀ ਹੈ ਉਹਦੀ ਪਛਾਣ ਕਰਿਓ ਕਿੱਥੋਂ ਕਿੱਥੋਂ ਹੋ ਰਹੀ ਹੈ। ਸੇਵਾ ਕਰਨ 'ਚ ਔਖ ਲੱਗਦੀ ਕਿ ਸੌਖ ਲੱਗਦੀ, ਗੁਰਦੁਆਰੇ ਜਾਣ 'ਚ ਔਖਾ ਲੱਗਦਾ ਕਿ ਸੌਖਾ ਲੱਗਦਾ, ਇਤਿਹਾਸ ਪੜ੍ਹਨਾ ਸੌਖਾ ਲੱਗਦਾ ਕਿ ਫਿਲਮ ਦੇਖਣੀ ਸੌਖੀ ਲੱਗਦੀ। ਆਪਦੇ ਅੰਦਰ ਤੱਕੜੀ ਵੱਟਾ ਲਾ ਕੇ ਦੇਖ ਲਿਓ ਆਪਦੀ ਪਰੰਪਰਾ ਦੀਆਂ ਜਿਹੜੀਆਂ ਚੀਜ਼ਾਂ ਗਲਤ ਲੱਗ ਰਹੀਆਂ ਨੇ ਉਹ ਕਿਉਂ ਲੱਗ ਰਹੀਆਂ ਨੇ, ਜਿਹੜੀਆਂ ਸਹੀ ਲੱਗ ਰਹੀਆਂ ਨੇ ਉਹ ਕਿਹੜੀਆਂ ਨੇ, ਉਹ ਕਿਉਂ ਲੱਗ ਰਹੀਆਂ ਨੇ। ਤੁਹਾਡੀ ਸਭ ਦੀ ਉਮਰ ਹੋ ਗਈ ਹੈ ਸਰਕਾਰ ਦੇ ਹਿਸਾਬ ਨਾਲ,
ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਆਪਦੀ ਪਰੰਪਰਾ ਦੇ ਉਲਟ ਸਰਕਾਰਾਂ ਨੇ ਕਾਨੂੰਨ ਬਣਾਤੇ, ਜਿਹੜੇ ਕਾਨੂੰਨ ਬਣ ਰਹੇ ਨੇ ਉਹ ਤੁਹਾਨੂੰ ਕਿਹੋ ਜਿਹਾ ਨਤੀਜਾ ਦੇਣਗੇ ਅੱਜ ਸਮਝ ਲਓ। ਸਰਕਾਰਾਂ ਨੇ ਜੋ ਕਾਨੂੰਨ ਬਣਾਏ ਨੇ, ਜਦੋਂ ਨੂੰ ਤੁਹਾਡੇ 'ਤੇ ਜ਼ਿੰਮੇਵਾਰੀ ਪੈਣੀ ਹੈ, ਅੰਦਾਜ਼ਾ ਤੁਹਾਡੀ ਉਮਰ 20 ਸਾਲ ਦੇ ਨੇੜੇ ਆ ਬਹੁਤਿਆਂ ਦੀ, 10 ਸਾਲਾਂ ਬਾਅਦ ਉਹਨਾਂ ਕਾਨੂੰਨਾਂ ਦੇ ਨਤੀਜੇ ਆ ਜਾਣਗੇ। ਸਾਡੇ ਸਾਹਮਣੇ ਵੀ ਆਏ ਨੇ ਪਹਿਲਾਂ ਕਿ ਜਦੋਂ ਸਰਕਾਰ ਨੇ 90 ਦੇ ਵਿੱਚ ਰਾਹ ਖੋਲ੍ਹਿਆ ਤਾਂ ਪਿੰਡਾਂ ਦੇ ਵਿੱਚ ਜਿਹੜੇ ਵਿਆਹ ਸੀ ਉਹ ਉੱਥੋਂ ਹਟ ਕੇ ਜੰਝ ਘਰਾਂ 'ਚ ਆ ਗਏ, ਮੈਰਿਜ ਪੈਲਸਾਂ 'ਚ। ਬੁੱਢੀਆਂ ਦਾ ਗਾਉਣ ਗਿਆ, ਬੰਦਿਆਂ ਦਾ ਘਰਾਂ ਦਾ ਗਾਉਣ ਗਿਆ, ਗਾਉਣ ਵਾਲੇ ਪਹਾੜੇ 'ਤੇ ਆਏ, ਗਵਾਈਆਂ ਦੀਆਂ ਡਾਰਾਂ ਪੈਦਾ ਹੋ ਗਈਆਂ, ਸਾਰਾ ਪੰਜਾਬ ਬਦਲ ਗਿਆ। ਸਿਰਫ ਇੱਕੋ ਚੀਜ਼ ਨੇ ਫਰਕ ਪਤਾ ਕਿ ਸਾਨੂੰ ਸਮਝਾਇਆ ਕਿ ਇੱਜ਼ਤ ਇਹਦੇ 'ਚ ਹੈ ਜੇ ਸੜਕ ਦੇ ਕਿਨਾਰੇ ਜਾ ਕੇ ਇੱਕ ਵੱਡੇ ਸਾਰੇ ਮੰਡਪ ਦੇ ਵਿੱਚ ਵਿਆਹ ਕਰੋ ਤਾਂ ਇੱਜ਼ਤ ਹੈ, ਉੱਥੇ ਫਿਰ ਗਾਉਣ ਵਾਲਾ ਵੀ ਲੈ ਕੇ ਆਓ। ਇਸ ਗੱਲ ਨੇ ਹਾਹਾ ਹੀ ਹੀ ਨੂੰ, ਡੈਂ ਡੈਂ ਨੂੰ ਸੱਭਿਆਚਾਰ ਬਣਾਇਆ। ਪਹਿਲਾਂ ਗਵੱਈਏ ਜਿਹੜੇ ਲੱਗਦੇ ਸੀ ਲੁੱਚ ਭਾਉ ਦੇ ਗੀਤਾਂ ਵਾਲੇ, ਸੱਥ ਤੋਂ ਬਾਹਰ ਹੁੰਦੇ ਸੀ, ਪਿੰਡ ਦੀ ਜੂਹ ਤੋਂ ਬਾਹਰ ਹੁੰਦੇ ਸੀ। ਮੁਜਰਾ ਜੇ ਹੁੰਦਾ ਸੀ ਰਾਤ ਨੂੰ ਹੁੰਦਾ ਸੀ, ਉਹ ਮੁਜਰਾ ਰਾਤ ਦੀ ਥਾਂ ਦਿਨੇ ਹੋਣ ਲੱਗਿਆ, ਫਿਰ ਸੱਥਾਂ 'ਚ ਆਇਆ, ਫਿਰ ਘਰਾਂ 'ਚ ਆਇਆ, ਅੱਜ ਕੱਲ੍ਹ ਜੇਬਾਂ 'ਚ ਹੈ। ਇਦੂ ਗਾਹਾਂ ਚਿੱਪ ਆਉਣ ਵਾਲੀ ਹੈ ਐਲਨ ਮਸਕ ਦੀ, ਖੋਪੜ ਦੇ ਅੰਦਰ ਹੀ ਰਹੇਗਾ। ਇਹ ਤੁਹਾਡੇ 'ਤੇ ਹੈ ਕਿ ਤੁਸੀਂ ਪਰੰਪਰਾ ਕਿਵੇਂ ਸਮਝਣੀ ਹੈ। ਸਾਡੀ ਜ਼ਿੰਮੇਵਾਰੀ ਤੁਹਾਨੂੰ ਕਹਿਣ ਤੋਂ ਬਾਅਦ ਪੂਰੀ ਹੋ ਜਾਂਦੀ ਹੈ। ਭੁੱਲਾਂ ਚੁੱਕਾਂ ਲਈ ਖਿਮਾ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।